हल करने हैं जी, बिल्ड हेल्दी रिलेशनशिप्स, कि चंगे ते मजबूत रिश्ते बनाइए। ते वो चंगे ते मजबूत रिश्ते किदां बनाइए, की करिए। इस सेशन दी रजिस्ट्रेशन वास्ते जेडे क्वेश्चन सी बड़े इंटरेस्टिंग सीगे, ते मेरी उम्मीद है कि ये सारे क्वेश्चन दे आंसर जेडे ने वो मैं सेशन दे विच ही दे दवांगी। पर जे किसी का कोई क्वेश्चन रह जाता ਤਾਂ ਆਪਾਂ ਐਂਡ ਤੇ ਡਿਸਕਸ਼ਨ ਦੇ ਵਿੱਚ ਉਹਦੇ ਬਾਰੇ ਗੱਲ ਕਰ ਸਕਨੇ ਆ, ਤੇ ਜੇ ਉਹਦੇ ਵਿੱਚ ਵੀ ਨਹੀਂ ਹੁੰਦਾ ਤੇ ਫਿਰ ਤੁਸੀਂ ਆਈ ਕੈਨ ਸਟੇ ਬੈਕ, ਤੇ ਤੁਸੀਂ ਮੇਰੇ ਨਾਲ ਵਨ ਔਨ ਵਨ ਉਸ ਟਾਈਮ ਤੇ ਗੱਲ ਕਰ ਸਕਦੇ ਹੋ, ਤੇ ਆਪਾਂ ਉਸ ਕੁਐਸਚਨ ਨੂੰ ਜਿਹੜਾ ਡਿਸਕਸ ਕਰ ਸਕਨੇ ਆ। ਤੇ ਜੇ ਤੁਸੀਂ ਚਾਹੋ ਕਿ ਉਸ ਕੁਐਸਚਨ ਨੂੰ ਰਿਕਾਰਡਿੰਗ ਕਰਨਾ, ਤੇ ਆਪਾਂ ਉੱਥੇ ਰਿਕਾਰਡਿੰਗ ਵੀ ਬੰਦ ਕਰ ਸਕਨੇ ਆ। ਸੋ ਜੇ ਆਪਾਂ ਗੱਲ ਕਰਨੀ ਆ ਕਿ ਅੱਜ ਦਾ ਏਜੰਡਾ ਕੀ ਹੈ, ਸੋ ਅੱਜ ਆਪਾਂ ਗੱਲ ਕਰਾਂਗੇ ਕਿ ਰਿਸ਼ਤਿਆਂ ਦੇ ਵਿੱਚ ਆਮ ਮੁਸ਼ਕਲਾਂ ਕੀ ਨੇ ਤੇ ਉਹਨਾਂ ਦਾ ਹੱਲ ਕੀ ਹੈ, ਤੇ ਰਿਸ਼ਤਿਆਂ ਦੇ ਵਿੱਚ ਆਪਾਂ ਕਿੱਦਾਂ ਰਹਿ ਸਕਨੇ ਆ, ਕੀ ਕਰੀਏ ਆਪਾਂ ਕਿ ਰਿਸ਼ਤੇ ਜਿਹੜੇ ਨੇ ਉਹ ਚੰਗੇ ਤੇ ਮਜ਼ਬੂਤ ਬਣਨ, ਤੇ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਫੇਰ ਵੀ ਮੁਸੀਬਤਾਂ ਜਾਂਦੀਆਂ ਨੇ ਤੇ ਆਪਾਂ ਉਹਨਾਂ ਦਾ ਹੱਲ ਕਿੱਦਾਂ ਕਰੀਏ। ਫਿਰ ਐਂਡ ਤੇ ਆਪਾਂ ਗੱਲ ਕਰਾਂਗੇ ਜੀ ਕਨਕਲੂਜਨ ਦੀ ਤੇ ਸਰਵੇ ਦੀ। ਸੋ ਮੇਰੀ ਰਿਕੁਐਸਟ ਹੈ ਇੱਕ ਸਰਵੇ ਦਾ ਲਿੰਕ ਜਿਹੜਾ ਮੈਂ ਚੈਟ ਦੇ ਵਿੱਚ ਪਾ ਦਵਾਂਗੀ, 1 ਮਿੰਟ ਲੱਗੇਗਾ, ਪਲੀਜ਼ ਤੁਸੀਂ ਉਹ ਸਰਵੇ ਜ਼ਰੂਰ ਕੰਪਲੀਟ ਕਰਿਓ ਜੀ, ਤੇ ਕਿਉਂਕਿ ਉਹਦੇ ਨਾਲ ਮੈਨੂੰ ਹੈਲਪ ਹੁੰਦੀ ਹੈ ਅਗਲੇ ਸੈਸ਼ਨਸ ਦੇ ਵਾਸਤੇ, ਬਿਲਡ ਅਪ ਕਰਨ ਤੇ ਅਗਲੇ ਸੈਸ਼ਨ ਬਣਾਉਣ ਵਾਸਤੇ। ਤੇ ਇਸ ਤੋਂ ਪਹਿਲਾਂ ਕਿ ਮੈਂ ਸੈਸ਼ਨ ਦੇ ਵਿੱਚ ਜਾਵਾਂ ਤੇ ਆਪਾਂ ਹਰ ਚੀਜ਼ ਬਾਰੇ ਡਿਟੇਲ ਦੇ ਵਿੱਚ ਗੱਲ ਕਰੀਏ, ਇੱਕ ਗੱਲ ਮੈਂ ਕਲੀਅਰ ਕਰ ਦਾਂਗੀ ਕਿ ਆਪਾਂ ਗੱਲ ਕਰਨੀ ਹੈ ਕਿ ਚੰਗੇ ਤੇ ਮਜ਼ਬੂਤ ਰਿਸ਼ਤੇ ਕਿੱਦਾਂ ਬਣਾਉਣੇ ਨੇ, ਪਰ ਆਪਾਂ ਪਰਫੈਕਟ ਰਿਸ਼ਤੇ ਨੇ ਜਿਹੜੇ ਉਹ ਨਹੀਂ ਬਣਾ ਸਕਦੇ, ਕਿਉਂਕਿ ਪਰਫੈਕਟ ਰਿਸ਼ਤੇ ਹੁੰਦੇ ਹੀ ਨਹੀਂ, ਕਿਉਂਕਿ ਮੁਕੰਮਲ ਪਰਫੈਕਟ ਸਿਰਫ ਅਤੇ ਸਿਰਫ ਪਰਮਾਤਮਾ ਹੁੰਦਾ ਹੈ। ਰਿਸ਼ਤੇ ਜਿਹੜੇ ਨੇ ਦੇ ਆਰ ਐਨ ਆਨਗੋਇੰਗ ਪ੍ਰੋਸੈਸ, ਉਹਨਾਂ ਤੇ ਕੰਮ ਕਰਦੇ ਰਹਿਣਾ ਪੈਂਦਾ। ਸੋ ਹੁਣ ਆਪਾਂ ਗੱਲ ਕਰਨੇ ਹਾਂ ਜੀ ਸਾਰਿਆਂ ਤੋਂ ਆਮ ਮੁਸ਼ਕਲਾਂ ਜਿਹੜੀਆਂ ਨੇ ਰਿਸ਼ਤਿਆਂ ਦੇ ਵਿੱਚ ਉਹ ਕੀ ਨੇ। ਸੋ ਆਮ ਮੁਸ਼ਕਲਾਂ ਨੇ ਜੀ ਤਿੰਨ ਵੱਡੀਆਂ ਮੁਸ਼ਕਲਾਂ ਜਿਹੜੀਆਂ, ਉਹਨੇ ਉਮੀਦ ਐਕਸਪੈਕਟੇਸ਼ਨ, ਗਿਲਟ ਦੋਸ਼ ਦੇਣਾ ਆਪਣੇ ਆਪ ਨੂੰ ਜਾਂ ਕਿਸੇ ਨੂੰ, ਤੇ ਫਿਰ ਜੈਲਸੀ ਦੂਜਿਆਂ ਤੋਂ ਸੜਨਾ। ਤੇ ਇਹ ਕਿਸੇ ਵੀ ਰਿਸ਼ਤੇ ਦੇ ਵਿੱਚ ਹੋ ਸਕਦਾ ਹੈ, ਪਰਿਵਾਰ ਦੇ ਵਿੱਚ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਹੋ ਸਕਦਾ, ਤੁਹਾਡੇ ਯਾਰਾਂ ਦੋਸਤਾਂ ਦੇ ਨਾਲ ਹੋ ਸਕਦਾ ਹੈ, ਜਾਂ ਈਵਨ ਤੁਹਾਡੇ ਕੰਮ ਤੇ ਹੋ ਸਕਦਾ ਹੈ, ਈਵਨ ਐਟ ਵਰਕ, ਉੱਥੇ ਵੀ ਇਹ ਚੀਜ਼ਾਂ ਦੀ ਜਿਹੜੀ ਹੈ ਪ੍ਰੋਬਲਮ ਆ ਸਕਦੀ ਹੈ, ਤੇ ਉਹ ਰਿਸ਼ਤੇ ਜਿਹੜੇ ਨੇ ਉਹ ਚੀਜ਼ਾਂ ਖਰਾਬ ਕਰ ਸਕਦੀਆਂ ਨੇ। ਹੁਣ ਆਪਾਂ ਗੱਲ ਕਰੀਏ ਕਿ ਇਹ ਮੁਸੀਬਤਾਂ ਹੈ ਕੀ ਨੇ, ਮੁਸ਼ਕਲਾਂ ਹੈ ਕੀ ਨੇ, ਤੇ ਇਹਨਾਂ ਦੇ ਹੱਲ ਕੀ ਨੇ। ਸੋ ਸਾਰਿਆਂ ਤੋਂ ਵੱਡੀ ਜਿਹੜੀ ਮੁਸ਼ਕਲ ਹੈ ਜੀ ਉਹ ਹੈਗੀ ਹੈ ਉਮੀਦ। ਉਮੀਦ ਰਿਸ਼ਤਿਆਂ ਨੂੰ ਬਹੁਤ ਖਰਾਬ ਕਰਦੀ ਹੈ। ਜਦੋਂ ਆਪਾਂ ਕਿਸੇ ਵਾਸਤੇ ਕੁਝ ਕਰਨੇ ਆ ਤੇ ਆਪਾਂ ਉਮੀਦ ਕਰਨੇ ਆ ਕਿ ਅਗਲਾ ਵੀ ਸਾਡੇ ਵਾਸਤੇ ਕੁਝ ਕਰੇ, ਤੇ ਜਾਂ ਸਾਨੂੰ ਕੁਝ ਦੇਵੇ, ਪੈਸਾ ਹੋ ਸਕਦਾ ਹੈ ਜਾਂ ਕੋਈ ਅਵਾਰਡ ਦੇਵੇ, ਹਨਾ, ਕਿਸੇ ਤਰੀਕੇ ਦਾ ਕੋਈ ਗਿਫਟ ਦੇਵੇ, ਜਾਂ ਬਸ ਸਾਡੀ ਪ੍ਰਸ਼ੰਸਾ ਹੀ ਕਰ ਦੇਵੇ ਕਿ ਹਾਂ ਕਿ ਅਪਰੀਸ਼ੀਏਟ ਕਰੇ ਸਾਨੂੰ, ਹਨਾ, ਕਿ ਮੈਂ ਕੁਝ ਕੀਤਾ ਹੈ ਤੇ ਅਗਲਾ ਮੈਨੂੰ ਅਪਰੀਸ਼ੀਏਟ ਕਰੇ ਜਾਂ ਉਹ ਮੇਰੇ ਵਾਸਤੇ ਕੁਝ ਕਰੇ। ਤੇ ਜਦੋਂ ਅਗਲਾ ਬੰਦਾ ਜੋ ਆਪਾਂ ਉਮੀਦ ਕੀਤੀ ਹੁੰਦੀ ਹੈ ਉਹ ਨਹੀਂ ਕਰਦਾ, ਤੇ ਫਿਰ ਆਪਾਂ ਦੁਖੀ ਹੁੰਦੇ ਹਾਂ, ਤੇ ਇਸ ਹੱਦ ਤੱਕ ਵੀ ਕਈ ਵਾਰੀ ਜਾਂਦੇ ਹਾਂ ਕਿ ਸਾਨੂੰ ਉਹ ਦੂਜਾ ਬੰਦਾ ਜਿਹੜਾ ਨਾ ਉਹ ਵਧੀਆ ਨਹੀਂ ਲੱਗਦਾ, ਕਿ ਲੈ ਮੈਂ ਇਹਦੇ ਵਾਸਤੇ ਇੰਨਾ ਕੁਛ ਕੀਤਾ ਜਾਂ ਇੰਨਾ ਕੁਛ ਕਰਨੀ ਆ ਤੇ ਇਹ ਮੇਰੇ ਵਾਸਤੇ ਕੀ ਕਰਦਾ, ਤੇ ਆਪਾਂ ਉਸ ਇਨਸਾਨ ਨੂੰ ਵਧੀਆ ਨਹੀਂ ਸਮਝਦੇ ਹੈਗੇ, ਤੇ ਉਹ ਉਹਦੇ ਨਾਲ ਰਿਸ਼ਤੇ ਖਰਾਬ ਹੁੰਦੇ ਨੇ। ਹੁਣ ਇਹ ਸਾਡੀ ਉਮੀਦ ਸੀ ਤਾਂ ਕਰਕੇ ਆਪਾਂ ਦੁਖੀ ਹੋਏ, ਤਾਂ ਕਰਕੇ ਸਾਨੂੰ ਉਹ ਇਨਸਾਨ ਵਧੀਆ ਨਹੀਂ ਲੱਗ ਰਿਹਾ, ਹੁਣ ਤੇ ਦੁਖੀ ਤਾਂ ਆਪ ਹੋਏ ਨਾ ਕਿਉਂਕਿ ਉਮੀਦ ਆਪ ਲਈ ਸੀ, ਤੇ ਹੁਣ ਇਸਦਾ ਹੱਲ ਕੀ ਹੈ। ਇਸਦਾ ਹੱਲ ਹੈ ਜੀ ਬਹੁਤ ਹੀ ਸੌਖਾ ਕਿ ਉਮੀਦ ਨਾ ਲਓ, ਪਰ ਇਹ ਕਹਿਣਾ ਸੌਖਾ ਤੇ ਕਰਨਾ ਬਹੁਤ ਔਖਾ ਹੈ ਨਾ। ਸੋ ਆਪਾਂ ਇਹਨੂੰ ਇਸ ਤਰੀਕੇ ਨਾਲ ਦੇਖਣਾ ਹੈ ਕਿ ਜਦੋਂ ਆਪਾਂ ਕਿਸੇ ਵਾਸਤੇ ਕੁਝ ਕਰਨਾ ਹੈ ਨਾ, ਤੇ ਆਪਾਂ ਇਹ ਸਮਝ ਕੇ ਕਰਨਾ ਹੈ ਕਿ ਉਹ ਮੇਰਾ ਫਰਜ਼ ਹੈ, ਰਿਸ਼ਤਿਆਂ ਦੇ ਵਿੱਚ ਹੈ ਤਾਂ ਮੇਰਾ ਫਰਜ਼ ਹੈ ਤੇ ਮੈਂ ਆਪਣਾ ਫਰਜ਼ ਨਿਭਾਉਣਾ, ਅਗਲਾ ਅੱਗੋਂ ਕੀ ਕਰਦਾ ਹੈ ਕੀ ਨਹੀਂ ਕਰਦਾ ਉਹਦੀ ਉਮੀਦ ਹੀ ਨਹੀਂ ਲਾਣੀ। ਤੇ ਜੇ ਕਿਤੇ ਰਿਸ਼ਤਾ ਨਹੀਂ ਹੈਗਾ ਜਾਂ ਤੁਸੀਂ ਕੁਝ ਕਰ ਰਹੇ ਹੋ ਤੇ ਉਹਨੂੰ ਸੇਵਾ ਸਮਝ ਕੇ ਕਰੋ, ਜਾਂ ਰਿਸ਼ਤਿਆਂ ਦੇ ਵਿੱਚ ਵੀ ਸੇਵਾ ਸਮਝ ਕੇ ਕਰੋ ਕਿ ਮੇਰਾ ਫਰਜ਼ ਹੈ ਮੈਂ ਅਗਲਿਆਂ ਦੀ ਸੇਵਾ ਕਰ ਰਹੀ ਹਾਂ, ਤੇ ਠੀਕ ਹੈ ਮੈਂ ਕਰੀ ਜਾ ਰਹੀ ਹਾਂ, ਮੈਂ ਉਮੀਦ ਨਹੀਂ ਰੱਖਣੀ ਕਿ ਮੈਂ ਜੇ ਕਰ ਰਹੀ ਹਾਂ ਤੇ ਅਗਲਾ ਵੀ ਮੇਰੇ ਵਾਸਤੇ ਕੁਛ ਕਰੇ। ਨਹੀਂ, ਉਹ ਉਮੀਦ ਨਹੀਂ ਰੱਖਣੀ। ਜਦੋਂ ਆਪਾਂ ਰਿਸ਼ਤਿਆਂ ਦੇ ਵਿੱਚ ਆਪਣੇ ਫਰਜ਼ ਤੇ ਆਪਣੀਆਂ ਜ਼ਿੰਮੇਵਾਰੀਆਂ ਇਸ ਸੋਚ ਦੇ ਨਾਲ ਨਿਭਾਵਾਂਗੇ, ਤੇ ਫਿਰ ਆਪਾਂ ਆਪਣੇ ਆਪ ਨਾਲ ਸਾਡੇ ਆਪਣੇ ਆਪ ਦੇ ਵਿੱਚ ਬਹੁਤ ਸ਼ਾਂਤੀ ਮਿਲੇਗੀ, ਕਿਉਂਕਿ ਆਪਾਂ ਕਿਸੇ ਤੋਂ ਕੋਈ ਉਮੀਦ ਨਹੀਂ ਲਾ ਰਹੇ, ਸੋ ਆਪਾਂ ਦੁਖੀ ਨਹੀਂ ਹੋਣਾ ਨਾ। ਜੋ ਆਪਾਂ ਕਰ ਰਹੇ ਹਾਂ ਆਪਣੇ ਫਰਜ਼ ਸਮਝ ਕੇ ਆਪਾਂ ਕਰੀ ਜਾ ਰਹੇ ਹਾਂ, ਆਪਣੀ ਸੇਵਾ ਸਮਝ ਕੇ ਆਪਾਂ ਕਰੀ ਜਾ ਰਹੇ ਹਾਂ, ਕਿਸੇ ਤੋਂ ਤਾਂ ਕੋਈ ਉਮੀਦ ਹੀ ਨਹੀਂ ਹੈਗੀ। ਜਦੋਂ ਆਪਾਂ ਆਪਣੇ ਆਪ ਦੇ ਨਾਲ ਸ਼ਾਂਤ ਹੋ ਗਏ, ਆਪਣੇ ਆਪ ਦੇ ਵਿੱਚ ਸ਼ਾਂਤ ਹੋ ਗਏ ਨਾ, ਤੇ ਫਿਰ ਪਰਮਾਤਮਾ ਜਿਹੜਾ ਹੈ ਉਹ ਤਾਂ ਸਭ ਕੁਛ ਦੇਖ ਰਿਹਾ ਨਾ, ਉਹਨੇ ਕਿਸੇ ਦਾ ਹੱਕ ਨਹੀਂ ਰੱਖਣਾ, ਉਹਨੂੰ ਪਤਾ ਹੈ ਕਿ ਜੋ ਆਪਾਂ ਕਰ ਰਹੇ ਹਾਂ ਤੇ ਉਹਨੇ ਉਸ ਦਾ ਫਲ ਜਿਹੜਾ ਉਹ ਉਹਨੇ ਸਾਨੂੰ ਜ਼ਰੂਰ ਦੇਣਾ। ਸੋ ਲੋਕਾਂ ਤੋਂ ਪ੍ਰਸ਼ੰਸਾ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਉਮੀਦ ਨਾ ਰੱਖੋ ਤੇ ਪਰਮਾਤਮਾ ਤੇ ਛੱਡ ਦਿਓ, ਆਪਣੇ ਫਰਜ਼ ਨਿਭਾਓ ਤੇ ਬਾਕੀ ਸਭ ਕੁਛ ਪਰਮਾਤਮਾ ਤੇ ਛੱਡ ਦਿਓ, ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ, ਆਸ ਨਾ ਅਵਰ ਕਾਹੂੰ ਕੀ ਕੀਜੈ ਸੁਖ ਦਾਤਾ ਪ੍ਰਭ ਧਿਆਈ ਹੈ, ਕਿ ਆਸ ਕਿਸੇ ਤੋਂ ਨਾ ਕਰੋ, ਬਸ ਆਪਣੇ ਫਰਜ਼ ਨਿਭਾਓ ਤੇ ਉਸ ਪਰਮਾਤਮਾ ਨੂੰ ਧਿਆਨ ਦੇ ਰਹੋ, ਪਰਮਾਤਮਾ ਨੂੰ ਯਾਦ ਕਰਦੇ ਰਹੋ, ਤੇ ਪਰਮਾਤਮਾ ਆਪਣੇ ਆਪ ਹੀ ਤੁਹਾਡੇ ਹਰ ਜ਼ਿੰਮੇਵਾਰੀਆਂ ਜਿਹੜੇ ਫਰਜ਼ ਤੁਸੀਂ ਨਿਭਾ ਰਹੇ ਹੋ ਨਾ, ਉਹਨਾਂ ਦਾ ਫਲ ਜਿਹੜਾ ਉਹ ਪਰਮਾਤਮਾ ਨੇ ਦੇਣਾ।
ਦੂਜੀ ਇੱਕ ਚੀਜ਼ ਆਪਾਂ ਹੋਰ ਇਹਨੂੰ ਇਸ ਤਰ੍ਹਾਂ ਦੇਖੀਏ ਕਿ ਕਿਸੇ ਤੋਂ ਜਦੋਂ ਆਪਾਂ ਉਮੀਦ ਲੈਂਦੇ ਹਾਂ ਨਾ ਉਹ ਇੱਕ ਤਰ੍ਹਾਂ ਦਾ ਲਾਲਚ ਹੈ ਕਿਉਂਕਿ ਉਹ ਆਪਾਂ ਚਾਹੁੰਦੇ ਹਾਂ ਕਿ ਉਹ ਇਦਾਂ ਕਰੇ ਸੋ ਉਹ ਸਾਡੀ ਚਾਹਤ ਹੈ ਲੋੜ ਨਹੀਂ ਹੈਗੀ ਚਾਹਤ ਹੈ ਆਪਾਂ ਬੱਚਿਆਂ ਨੂੰ ਅਕਸਰ ਸਮਝਾਉਂਦੇ ਹਾਂ ਨੀਡਸ ਐਂਡ ਵਾਂਟਸ ਦਾ ਡਿਫਰੈਂਸ ਕਿ ਬੱਚੇ ਯੂ ਮੇ ਵਾਂਟ ਐਵਰੀਥਿੰਗ ਪਰ ਯੂ ਡੋਂਟ ਨੀਡ ਐਵਰੀਥਿੰਗ ਹੈ ਨਾ ਇਸ ਹਿਸਾਬ ਨਾਲ ਹੀ ਆਪਾਂ ਦੇਖਣਾ ਹੈ ਰਿਸ਼ਤਿਆਂ ਦੇ ਵਿੱਚ ਵੀ ਕਿ ਜਦੋਂ ਆਪਾਂ ਉਮੀਦ ਲਾਉਂਦੇ ਹਾਂ ਨਾ ਤੇ ਉਹ ਉਮੀਦ ਸਾਡੀ ਚਾਹਤ ਹੈ ਕਿ ਮੈਨੂੰ ਉਹ ਚਾਹੀਦਾ ਹੈ ਸਾਨੂੰ ਲੋੜ ਨਹੀਂ ਹੁੰਦੀ ਉਸ ਚੀਜ਼ ਦੀ ਤੇ ਜਦੋਂ ਆਪਾਂ ਚਾਹੁੰਦੇ ਹਾਂ ਕਿਸੇ ਤੋਂ ਕੁਝ ਉਹ ਸਾਡੇ ਵਾਸਤੇ ਆ ਕਰੇ ਆ ਨਾ ਕਰੇ ਤੇ ਫਿਰ ਉਹ ਵੀ ਜਿਹੜੀ ਹੈ ਉਹ ਇੱਕ ਲਾਲਚ ਦਾ ਹੀ ਰੂਪ ਹੈ ਤੇ ਜਦੋਂ ਆਪਾਂ ਇਹ ਦੇਖਾਂਗੇ ਕਿ ਸਾਨੂੰ ਹਰ ਚੀਜ਼ ਦੀ ਲੋੜ ਨਹੀਂ ਹੈਗੀ ਸਾਡੀ ਚਾਹਤ ਹੈ ਤੇ ਫਿਰ ਆਪਾਂ ਉਸ ਚੀਜ਼ ਤੇ ਕੰਟਰੋਲ ਕਰਨਾ ਜਿਹੜਾ ਉਹ ਸੌਖਾ ਹੋ ਜਾਂਦਾ ਸੋ ਆਪਣੀਆਂ ਚਾਹਤਾਂ ਤੇ ਆਪਣੀਆਂ ਨੀਡਸ ਤੇ ਵਾਂਟਸ ਤੇ ਹਨਾ ਆਪਣੀਆਂ ਵਾਂਟਸ ਤੇ ਕੰਟਰੋਲ ਕਰੋ ਤੇ ਇਹ ਕੰਟਰੋਲ ਕਿੱਦਾਂ ਹੁੰਦਾ ਹੈ ਜੀ ਇਹ ਹੁੰਦਾ ਹੈ ਗੁਰਬਾਣੀ ਦੇ ਰਾਹੀਂ ਕਿਉਂਕਿ ਜਿਹੜੀਆਂ ਇਹ ਉਮੀਦਾਂ ਨੇ ਜਿਹੜੀਆਂ ਇਹ ਚਾਹਤਾਂ ਨੇ ਨਾ ਰਿਸ਼ਤਿਆਂ ਦੇ ਵਿੱਚ ਇਹ ਰਿਸ਼ਤਿਆਂ ਨੂੰ ਖਰਾਬ ਕਰਦੀਆਂ ਨੇ ਕਿਉਂਕਿ ਸਾਡੀ ਚਾਹਤ ਹੁੰਦੀ ਹੈ ਕਿ ਅਗਲਾ ਮੇਰੇ ਵਾਸਤੇ ਆ ਕਰੇ ਅਗਲਾ ਮੇਰੇ ਵਾਸਤੇ ਆ ਕਰੇ ਇਹ ਉਮੀਦ ਇਹ ਚਾਹਤ ਹੈ ਤੇ ਇਹ ਲਾਲਚ ਦਾ ਰੂਪ ਹੈ ਤੇ ਲਾਲਚ ਜਿੱਥੇ ਹੁੰਦਾ ਹੈ ਗੁਰਬਾਣੀ ਕਹਿੰਦੀ ਹੈ ਕਿ ਉੱਥੇ ਪਿਆਰ ਨਹੀਂ ਹੁੰਦਾ ਤੇ ਗੁਰਬਾਣੀ ਦਾ ਫਰਮਾਨ ਹੈ ਫਰੀਦਾ ਜਾਂ ਲੱਭ ਤਾਂ ਨਹੀਂ ਕਿਆ ਲੱਭ ਤਾਂ ਕੂੜਾ ਨਹੀਂ ਕਿ ਜਿੱਥੇ ਲਾਲਚ ਹੈ ਉੱਥੇ ਪਿਆਰ ਨਹੀਂ ਹੋ ਸਕਦਾ ਤੇ ਜਿੱਥੇ ਲਾਲਚ ਹੁੰਦਾ ਹੈ ਉਹ ਰਿਸ਼ਤੇ ਜਿਹੜੇ ਨੇ ਉਹ ਜ਼ਿਆਦਾ ਦੇਰ ਚੱਲਦੇ ਨਹੀਂ ਹੈਗੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਅਗਲੀ ਮੁਸ਼ਕਿਲ ਦੀ ਅਗਲੀ ਮੁਸ਼ਕਿਲ ਕਿਹੜੀ ਹੈ ਜੀ ਅਗਲੀ ਮੁਸ਼ਕਿਲ ਹੈ ਗਿਲਟ ਦੋਸ਼ ਦੇਣਾ ਹੁਣ ਆਪਾਂ ਸਾਰੇ ਇਨਸਾਨ ਹਾਂ ਤੇ ਸਾਡੇ ਸਾਰਿਆਂ ਤੋਂ ਗਲਤੀਆਂ ਵੀ ਹੁੰਦੀਆਂ ਨੇ ਤੇ ਗੁਰਬਾਣੀ ਦਾ ਫਰਮਾਨ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਇਨਸਾਨ ਜਿਹੜਾ ਉਹ ਗਲਤੀਆਂ ਦਾ ਪੁਤਲਾ ਉਹਨੇ ਗਲਤੀਆਂ ਕਰੀ ਜਾਣੀਆਂ ਨੇ ਸਿਰਫ ਪਰਮਾਤਮਾ ਹੀ ਹੈ ਜਿਹੜਾ ਗਲਤੀਆਂ ਕਰਦਾ ਨਹੀਂ ਹੈਗਾ ਕਿਉਂਕਿ ਉਹ ਪਰਫੈਕਟ ਹੈ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਉਹ ਗਲਤੀ ਨਹੀਂ ਕਰਦਾ ਉਹ ਇੱਕਦਮ ਪਰਫੈਕਟ ਹੈ ਪਰ ਆਪਾਂ ਇਨਸਾਨ ਜਿਹੜੇ ਆਪਾਂ ਗਲਤੀਆਂ ਕਰਨੇ ਆ ਪਰ ਆਪਾਂ ਉਹ ਗਲਤੀਆਂ ਤੋਂ ਸਿੱਖਣਾ ਜੇ ਗਲਤੀ ਹੋ ਗਈ ਉਹ ਵੱਡੀ ਪ੍ਰੋਬਲਮ ਨਹੀਂ ਪ੍ਰੋਬਲਮ ਉਦੋਂ ਹੈ ਕਿ ਜਦੋਂ ਆਪਾਂ ਉਸ ਗਲਤੀ ਨੂੰ ਫੜ ਕੇ ਬੈਠ ਜਾਂਦੇ ਆ ਕਿ ਮੇਰੇ ਤੋਂ ਆ ਗਲਤੀ ਹੋਗੀ ਤੇ ਬਸ ਮੈਂ ਉਹਦੇ ਵਿੱਚ ਹੀ ਜਕੜੇ ਰਹਿਣਾ ਆਪਾਂ ਅੱਗੇ ਨਹੀਂ ਵਧਦੇ ਆਪਾਂ ਆਪਣੀ ਗਰੋਥ ਰੋਕ ਦਿੰਦੇ ਆ ਆਪਾਂ ਉਸੇ ਗਿਲਟ ਦੇ ਵਿੱਚ ਬੈਠੇ ਰਹਿੰਦੇ ਹਾਂ ਕਿ ਮੇਰੇ ਤੋਂ ਇਹ ਗਲਤੀ ਹੋਗੀ ਮੇਰੇ ਤੋਂ ਇਹ ਗਲਤੀ ਹੋਗੀ ਮੈਂ ਇਹ ਕੀਤਾ ਮੈਂ ਕੀਤਾ ਬਸ ਉਸੇ ਸੋਚ ਦੇ ਵਿੱਚ ਆਪਾਂ ਫਸੇ ਰਹਿੰਦੇ ਹਾਂ ਉਸ ਸੋਚ ਤੋਂ ਆਜ਼ਾਦ ਹੋਣਾ ਹੁਣ ਇਹ ਚੀਜ਼ ਆਪਾਂ ਆਪਣੇ ਆਪ ਨਾਲ ਤਾਂ ਕਰਨੇ ਆ ਆਪਾਂ ਦੂਜਿਆਂ ਨਾਲ ਵੀ ਕਰਨੇ ਆ ਜੇ ਕਿਸੇ ਦੀ ਕੋਈ ਗਲਤੀ ਦਾ ਪਤਾ ਲੱਗ ਜਾਏ ਨਾ ਕਿ ਉਹਨੇ ਉਹ ਗਲਤੀ ਕੀਤੀ ਆ ਆਪਾਂ ਕੋਈ ਮੌਕਾ ਛੱਡਦੇ ਨਹੀਂ ਉਹਨੂੰ ਇਹ ਯਾਦ ਕਰਵਾਉਣ ਦਾ ਕਿ ਤੂੰ ਇਹ ਗਲਤੀ ਕੀਤੀ ਆ ਤੇ ਉਹਨੂੰ ਆਪਾਂ ਉੱਥੋਂ ਅੱਗੇ ਵਧਣ ਨਹੀਂ ਦਿੰਦੇ ਜੇ ਅਗਲਾ ਚਾਹੁੰਦਾ ਵੀ ਹੈ ਤੇ ਆਪਾਂ ਆਪਣੀ ਤਾਂ ਜੇ ਆਪਣੀ ਗਲਤੀ ਹੈ ਤੇ ਆਪਾਂ ਆਪਣੀ ਗਰੋਥ ਰੋਕ ਰਹੇ ਹਾਂ ਤੇ ਜੇ ਕਿਸੇ ਨੇ ਕੀਤੀ ਆਪਾਂ ਅਗਲੇ ਦੀ ਵੀ ਗਰੋਥ ਰੋਕ ਰਹੇ ਕਿਉਂਕਿ ਆਪਾਂ ਨੂੰ ਉਸੇ ਦੇ ਵਿੱਚ ਜਕੜ ਕੇ ਬੈਠੇ ਆਪਾਂ ਨੂੰ ਅੱਗੇ ਵਧਣ ਨਹੀਂ ਦੇ ਰਹੇ ਹੁਣ ਇਹਦਾ ਸੋਲੂਸ਼ਨ ਕੀ ਹੈ ਸਭ ਤੋਂ ਪਹਿਲਾਂ ਤਾਂ ਇਹ ਮੰਨਣਾ ਹੈ ਕਿ ਇਟਸ ਓਕੇ ਜੇ ਗਲਤੀ ਹੋ ਗਈ ਤਾਂ ਹੀ ਤੁਹਾਨੂੰ ਗਲਤੀ ਕਹਿੰਦੇ ਹੈ ਨਾ ਕਿ ਉਹ ਗਲਤੀ ਨਾਲ ਗਲਤੀ ਹੁੰਦੀ ਹੈ ਜ਼ਰੂਰੀ ਇਹ ਹੈ ਕਿ ਉਸ ਗਲਤੀ ਤੋਂ ਸਿੱਖਣਾ ਹੁਣ ਤੁਸੀਂ ਸੋਚੋ ਇੱਕ ਬੱਚੇ ਬਾਰੇ ਸੋਚੋ ਇੱਕ ਬੱਚਾ ਹੈ ਜਦੋਂ ਉਹ ਗਲਤੀ ਕਰਦਾ ਹੈ ਨਾ ਤੇ ਆਪਾਂ ਉਹਨੂੰ ਸਹੀ ਦੱਸਣੇ ਆ ਸਹੀ ਕਰਾਉਂਦੇ ਹਾਂ ਉਹਦੀ ਗਲਤੀ ਨੂੰ ਆਪਾਂ ਉਹਨੂੰ ਦੱਸਣੇ ਆ ਕਿ ਬੱਚੇ ਇਹ ਸਹੀ ਹੈ ਇਹ ਗਲਤ ਹੈ ਤੇ ਤੂੰ ਗਲਤ ਚੀਜ਼ ਦੁਬਾਰਾ ਰਿਪੀਟ ਨਹੀਂ ਕਰਨੀ ਉਹ ਬੱਚਾ ਹੈ ਫਿਰ ਵੀ ਕਈ ਵਾਰੀ ਗਲਤੀ ਹੋ ਜਾਂਦੀ ਹੈ ਤੇ ਆਪਾਂ ਉਹਨੂੰ ਵਾਰ ਵਾਰ ਉਹਦੀ ਸਜ਼ਾ ਨਹੀਂ ਨਾ ਦਿੰਦੇ ਕਿ ਤੂੰ ਇਹ ਗਲਤੀ ਕੀਤੀ ਤੂੰ ਇਹ ਗਲਤੀ ਕੀਤੀ ਨਹੀਂ ਆਪਾਂ ਉਹਨੂੰ ਸਮਝਾਉਂਦੇ ਹਾਂ ਕਿ ਨਹੀਂ ਬੱਚੇ ਇਹ ਗਲਤੀ ਨਹੀਂ ਕਰਨੀ ਤੇ ਤੂੰ ਅੱਗੇ ਵੱਧ ਅੱਗੇ ਵੱਧ ਜਦੋਂ ਆਪਾਂ ਬੱਚਿਆਂ ਨਾਲ ਇਹ ਚੀਜ਼ ਰੱਖਣੀ ਹੈ ਇਹ ਸੋਚ ਰੱਖਣੀ ਹੈ ਤੇ ਫਿਰ ਆਪਣੇ ਆਪ ਨਾਲ ਕਿਉਂ ਨਹੀਂ ਰਾਈਟ ਫਿਰ ਆਪਣੇ ਆਪ ਨੂੰ ਵੀ ਉਸ ਗਿਲਟ ਦੇ ਵਿੱਚੋਂ ਬਾਹਰ ਕੱਢੀਏ ਉਸ ਗਿਲਟ ਦੇ ਵਿੱਚ ਰਹਿਣਾ ਬੰਦ ਕਰੀਏ ਆਪ ਵੀ ਤੇ ਦੂਜਿਆਂ ਨੂੰ ਵੀ ਉਸ ਗਿਲਟ ਦੇ ਵਿੱਚ ਰੱਖਣ ਤੋਂ ਰੋਕੀਏ ਤੇ ਜੇ ਕਿਸੇ ਤੋਂ ਗਲਤੀ ਹੋ ਗਈ ਤੁਹਾਨੂੰ ਪਤਾ ਲੱਗ ਗਿਆ ਕਿ ਹਾਂ ਉਸ ਇਨਸਾਨ ਤੋਂ ਇਹ ਗਲਤੀ ਹੋਈ ਉਹਨੂੰ ਵਾਰ ਵਾਰ ਜਤਾਓ ਨਾ ਉਹਨੂੰ ਕਿ ਤੂੰ ਇਹ ਗਲਤੀ ਕੀਤੀ ਸੀ ਉਹਨੂੰ ਅੱਗੇ ਵਧਣ ਦਿਓ ਕਿਉਂਕਿ ਇਹਦੇ ਨਾਲ ਰਿਸ਼ਤਿਆਂ ਦੇ ਵਿੱਚ ਫਰਕ ਪੈਂਦਾ ਹੈ ਗੁਰਬਾਣੀ ਦਾ ਫਰਮਾਨ ਹੈ ਜੀ ਦੁਨੀਆ ਦੋਸ਼ ਰੋਸ ਹੈ ਲੋਈ ਆਪਣਾ ਕੀਆ ਪਾਵੈ ਸੋਈ ਸੋ ਵਾਰ ਵਾਰ ਕਿਸੇ ਨੂੰ ਗਲਤੀ ਨੂੰ ਯਾਦ ਨਾ ਕਰਵਾਓ ਨਾ ਆਪ ਉਹਦੇ ਵਿੱਚ ਰਹੋ ਅੱਗੇ ਵਧੋ ਇੱਕ ਹੋਰ ਸੋਲੂਸ਼ਨ ਹੈ ਇਹਦਾ ਗੁਰੂ ਦੀ ਸੰਗਤ ਕਰੀਏ ਜਦੋਂ ਆਪਾਂ ਗੁਰੂ ਦੀ ਸੰਗਤ ਕਰਾਂਗੇ ਤੇ ਫਿਰ ਗਲਤੀ ਕਰਨ ਤੋਂ ਬਾਅਦ ਅੱਗੇ ਵਧਣ ਦਾ ਜਿਹੜਾ ਹਿੰਮਤ ਹੈ ਹੌਸਲਾ ਹੈ ਉਹ ਗੁਰੂ ਸਾਹਿਬ ਆਪ ਦਿੰਦੇ ਨੇ ਕਿਉਂਕਿ ਗੁਰੂ ਦੇ ਸ਼ਬਦ ਨੂੰ ਜ਼ਿੰਦਗੀ ਜਿਉਣ ਦੀ ਜਾਚ ਆਉਂਦੀ ਹੈ ਗੁਰਬਾਣੀ ਦਾ ਫਰਮਾਨ ਹੈ ਜਿਉਂ ਛੁਹ ਪਾਰਸ ਮਨੂਰ ਭਏ ਕੰਚਨ ਤਿਉਂ ਪਤਿਤ ਜਨ ਮਿਲ ਸੰਗਤੀ ਸ਼ੁੱਧ ਹੋਵਤ ਗੁਰਮਤੀ ਸੁਧ ਆਦੋ ਤੇ ਜਦੋਂ ਗੁਰਬਾਣੀ ਦਾ ਫਰਮਾਨ ਇਹ ਹੈ ਤੇ ਫਿਰ ਆਪਾਂ ਗੁਰੂ ਤੋਂ ਹੀ ਸੇਧ ਲੈ ਕੇ ਆਪਣੇ ਜੀਵਨ ਦੇ ਵਿੱਚ ਅੱਗੇ ਵਧੀਏ ਜੋ ਕਰ ਸਕਨੇ ਆ ਉਸ ਵੱਲ ਧਿਆਨ ਦਈਏ ਨਾ ਕਿ ਪਿੱਛੇ ਆਪਣੇ ਪਾਸਟ ਦੇ ਵਿੱਚ ਜੋ ਹੋ ਗਿਆ ਉਹਨੂੰ ਸੋਚ ਸੋਚ ਕੇ ਆਪਣੇ ਆਪ ਨੂੰ ਸਜ਼ਾ ਦੇਈ ਜਾਈਏ
वार वार सजा दई जाइए ते अगे वधिया ही ना। गुरबाणी दा फरमान है जी, आगाहा कूतराग पिछा फेर ना मुहडड़ा, पिछे ना देखो अगे वधो। हुण आपां अगली प्रॉब्लम की गल करने हैं जी। अगली प्रॉब्लम है जेलसी, दूजियां तों सड़ना। बहुत रिश्ते ने जिहड़े जेलसी करके, दूजियां तों सड़न करके जिहड़े ने वो खराब हुंदे ने, ते वो इंटरनल भी हो सकदे ने कि इंटरनल जेलसी अंदर ही दूजियां तों सड़ी जा रहे हैं, या एक्सटर्नल हो सकता है कि आपां दूजियां तों बाहरी तौर ते जिहड़े आ उहनां दे मूंह ते आपां कह रहे हैं कि आपां उहदे तों सड़ने आ, राइट। सो वो चीज़ भी हैगी है जी कि सानू पसंद नहीं जदों कोई अगे वधदा है ना, ते सानू बड़ी प्रॉब्लम हुंदी है कि वो अगे वधन लग्या है या उन्हें कुछ अचीव कर लिया ते मैं पिछे रह गया। सो जदों पता लगता है कि किसी ने कोई वधिया कोई अचीवमेंट की है, तो साडे दिमाग च पहली गल की आंदी है कि वो तां मेरे तों अगे निकल गया, ते या फिर आपां कहांगे लै फिर की हो गया, मैं भी तां ये चीज़ कर ही सकनी हाँ, ते या दिमाग च आएगा मैं उहदे नालों ज़्यादा बैटर डिजर्व करना। सो वो जिहड़ी मैं वाली सोच है ना कि मैं अगे होना चाहिए, मैं बैटर करना चाहिए, वो सोच नू छड़ना। जदों आपां सोच नू छड़ता ना, फिर जिहड़ी ये जेलसी वाली भावना, दूजियां तों सड़न वाली भावना है, ये भी खत्म हो जाएगी। क्योंकि जदों आपां ये कहना बंद कर दिता ना कि मैं दूजे नालों बेहतर होना है, इंसटेड आपां ये सोचांगे कि उहदे हक दा उहनू मिलिया ते उह अगे वधिया, ते आपां जेन्युइनली खुश होवांगे, क्योंकि आपां मैं वाली सोच जिहड़ी आ हंकार जिहड़ा वो छड़ता। हुण इहदा सोल्यूशन की है? सोल्यूशन बहुत सौखा है, कंपैरिजन करना बंद कर दिए। जे किसी ने कुछ अचीव किया बहुत वधिया गल है, खुश होइए उन्हें वास्ते, उन्होंने बधाई दईए उस चीज़ की। ये क्यों प्रूव करना है हर समय कि मैं उहदे नालों बेहतर हो सकनी हाँ या मैं उहदे नालों बेहतर कर सकनी हाँ? अगले ने जो किया उहदे वास्ते उन्हें मुबारक, राइट, उहदे वास्ते खुश होवो, ते किसी की निंदा ना करो कि उन्हें जो कुछ अचीव किया तो वास्ते खुश होवो, उसकी निंदा ना करो। तो इसे दे विच ही अपने आप नूं भी तुसी जिहड़ा शांत, अपने मन नूं शांत रखोगे। गुरबाणी का फरमान है जी, प्रथमे छोटी पराई निंदा। हुण बहुत औखा है ना ये मैं वाली सोच नूं छड़ना, बहुत औखा है। आपां अपने क्योंकि अपने छोटे हुंदे अपने घरे भी सुणिया बच्चिआं ने है ना कि ले गुआंढियां दे न्याणे ने तेने नंबर लिते ने, तेरे किन्ने नंबर आए ने, या अपने भैण वाल देख, अपने भरा वाल देख, वो कितने पहुंच गया ते तू की करी जानी है। सो वो चीज साढ़े तो शुरू च ही भरी हुई है साढ़े अंदर, इस करके वो चीज़ नूं छड्डना बहुत औखा है। पर एक तरीका है जिहदे नाल आपां वो कंपैरिजन वाली चीज़ जिहड़ी है कंपैरिजन करना बंद कर सकने हाँ, ते वो हुंदा है सिर्फ अते सिर्फ गुरबाणी दे नाल। गुरबाणी दा फरमान है, लाहे परदा ठाकुर जो भेट्यो तो विसरी तात पराई। जदों आपां उस गुरबाणी ते हर समय उस परमात्मा ते दी नाम दे विच रखते रहोंगे, उस परमात्मा नूं याद करांगे, ते फिर हंकार जिहड़ा है ना उस साडे लागे भी नहीं आएगा। क्योंकि गुरबाणी दा फरमान है कि जिथे नाम हुंदा है उथे हंकार नहीं आंदा। होमै नामै नाल विरोध है, दोए नाम सह कठाएं, ये दोवें इकट्ठे रह ही नहीं सकते। सो ये नहीं कुछ मुश्किलां जिहड़ियां रिश्तियां दे विच आंदियां ने। हुण आपां गल करांगे कि आपां रिश्तियां दे विच इदां दा की करिए जिहदे नाल रिश्ते जिहड़े ने होर मजबूत हो सकन। सो तीन चीजां जी, पहली हैगी है रिस्पैक्ट, इज्जत, दूजी फॉरगिवनेस माफ करना, तीजी बाउंड्रीज सीमा या हद। हुण आपां इन्हां तिन्हां ते डिटेल दे विच गल करांगे जी। रिस्पैक्ट, पहला इज्जत, जिद्दां दा कोई है उहनूं उदां दा ही वो हैगा है, ते उस वास्ते ही उहनूं इज्जत दो। रिस्पैक्ट देम द वे दे आर, इस करके नहीं कि जे वो जिदा का मैं चाहनी हाँ अगला जो उदा का बन जाए तो मैं फिर उन्होंने इज्जत देवगी नहीं। जिदा का वो हैगा है उन्होंने मुबारक, थोड़ा तो काम है उन्होंने इज्जत देना, तुम उन्होंने इज्जत दो। हो सकता है कि सानू किसी इंसान की कोई गल कोई चीज चंकी ना लगती हो, या हो सकता सानू कोई सारा पूरा इंसान ही चंगा ना लगता हो, जे फॉर वट एवर रीजन, जे मर्जी कारण करके, पर जस्ट बिकॉज उस सानू चंगा नहीं लगता, ये साडा परस्पेक्टिव है ना, ये उन्हों का परस्पेक्टिव नहीं हैगा, ते आपां किसे नूं बदल नहीं सकते। सो जिद्दां दे वो हैगे ने उन्हां नूं उदां दे ही वो रहन, ते उहदे विच ही उन्हां नूं इज्जत दो, ते उन्हां दी रिस्पैक्ट करो। ईवन जे तुसी तुहानूं लगदा है कि वो इंसान जिहड़ा है वो तुहाडे तों नीवां है, सो जे कम ते हो ते तुसी इफ यूर अ मैनेजर ते वो जैनिटर है, स्टिल रिस्पैक्ट दो। घर दे विच घरे काम वाली लाई हुई है, कुक लाई हुई है,
स्टिल रिस्पेक्ट दो, इज्जत करो उन्हां दी। हो सकता है तुसी उन्हां तो ज्यादा तुहाडे कोल पैसा होवे, हो सकता है तुहाडे कोल किसी तो बेहतर नौकरी होवे, पर फिर भी उन्हां नूं इज्जत दो। हम तुसी सोच रहे होंगे कि जे मैनूं कोई इंसान पसंद ही नहीं हैगा तो मैं इज्जत क्यों दवां, राइट? क्योंकि गुरबाणी सानूं दसदी है कि हर इंसान दे विच परमात्मा वसदा है, सभना विच वरता है एक सोई, ते आपां उन्हां दे अंदर वसदे परमात्मा नूं इज्जत देनी है, क्योंकि परमात्मा ने हर इंसान नूं बराबर बनाया है, हर इंसान नूं वक्खरा ते यूनीक बनाया है, पर हर इंसान दे विच वसदा भी वह परमात्मा आप ही है। इंसान ने की कीता, परमात्मा ने सब नूं बनाया, इंसान ने इंसान नूं डिफरेंशिएट करना शुरू करता उन्हां दे रिलीजन दे बेसिस ते, जेंडर ते, कास्ट ते, ये सारियां चीजां इंसान ने बनाइयां ने, परमात्मा ने नहीं। क्योंकि गुरबाणी दा फरमान है, सभे सांझी वाल सदायन तो किसे ना दिसे बहारा जियो। सारियां दे विच परमात्मा नूं देखना है, ओदे तो बाहर कोई नहीं हैगा। हुण आपां गल करने हां जी दूजी चीज दी, वो है माफ करना। मैं प्रेजेंटेशन सेशन दे शुरू दे विच कहा सी कि इंसान जिहड़ा है ना गलतियां दा पुतला है, इंसान गलतियां करदा है, कोई भी रिश्ता परफेक्ट नहीं हुंदा। ते हुण जिथे आपां अपने आप नूं माफ करना है, आपां दूजियां नूं भी माफ करना सीखना है। पर माफ करन दा असल दे विच मतलब की है, आपां इस बारे गल करने हां। हुण जे कोई माफी मंग ही नहीं रहा तो आपां नूं माफ किदां कर सकने हां? ते या फिर जे कोई एक बारी माफी मांग के तो वार वार वो गलती दोबारा करी जा रहा है, करी जा रहा है, तो वो माफी मांग ही नहीं रहा, तो फिर आपां किदां उन्हां नूं माफ कर देवांगे? हुण माफ करन दा मतलब ये तो नहीं ना कि आपां किसी नूं माफ कर दिए तो वार वार वही गलती करी जा। सो की मतलब है माफ करन दा? या जे कोई माफी मांग नहीं रहा तो आपां उन्हां नूं माफ नहीं कर सकते। जे अगला इंसान माफी मांग रहा है पर वार वार वही गलती कर रहा है, यदा मतलब दे नेवर मेंट वन दे सेड सॉरी। वो उन्हों का मकसद ही नहीं सी माफी मांगने का, उन्होंने सिर्फ कोई शो ऑफ की कह लो या बस कोई दिखावा या ड्रामा जिदा मर्जी कह लो ना, कि वो करके उन्होंने माफी मांगी, उन्हों का मकसद ही नहीं सी कभी माफ करने का। पर हुण नाल ही आपां किसी नूं कंट्रोल नहीं कर सकते ना। सो जे कोई गलत माफी मांग रहा है या माफी मांग ही नहीं रहा, तो आपां की कर लेवांगे? ते आपां पर दुखी भी नहीं हो सकते। सो आपां की करना है इस कि जे कोई माफी नहीं मांग रहा, आपां उन्हें माफ नहीं कर सकते, दैट्स फाइन, पर जरूरी ये है कि उस चीज नूं अपने आप नूं बॉदर ना करन दो। गलती जिहड़ी अगले ने कीती, वो गलती दा भार उन्हां दे सिर ते है, तुसीं उन्हां नूं नहीं बदल सकते, पर तुसीं ये बदल सकते हो कि तुसीं उस चीज ते रिएक्ट किदां कर रहे हो। सो तुसीं रिएक्ट इदां करना कि तुसीं उन्हां नूं इग्नोर करो, अपनी टॉलरेंस बढ़ाओ, अपने आप नाल शांत हो जाओ, अपने आप दे विच शांत रहो, परमात्मा दे हुक्म दे विच रहो, ते फिर तुहानू चीज बॉदर नहीं करेगी। अगला जो कर रहा करी जाए, उन्हां दे कर्मां दा फल उन्हां ने भुगतना, आपां अपना देखना। गुरबाणी दा फरमान है, खिमा गही मन सतगुर दिया। माफ करन दा मतलब है अपने आप नाल अपने आप दे विच शांत हो जाना। हुण लेट्स से कि अगले ने माफी मंगी, ते दे रियली मेंट इट ना, जदों उन्होंने माफी मंगी उन्हों का मकसद माफी मंगन का ही सी, तो उन्होंने दोबारा वो मिसटेक नहीं रिपीट की, या तुहानू पता है जेन्यूनली कि अगला ये रिपीट नहीं करेगा मिसटेक ना, फिर गुरबाणी का फरमान है कि तुसी अगले नू माफ कर दो। क्योंकि जिहड़ा गुरु का सिख है वह किसी वास्ते भी मन के नफरत द्वैख नहीं रखता। गुरमुख वैर विरोध गवावे है, वो वैर विरोध नू खत्म कर दो। हुण तीजी गल आपां करांगे जी बाउंड्रीज दी, सीमा या हद। बहुत जरूरी है कि आपां रिश्तियां दे विच बाउंड्रीज बनाइए, क्योंकि जे रिश्तियां दे विच बाउंड्रीज ना हो ते लोकी अपनी हद पार करन नू टाइम नहीं लांदे, ते दिल वॉक ऑल ओवर यू। याद रखो, जिथे सिख ने दयालू होना है, जिथे सिख दे विच धीरज होना जरूरी है, जिथे सिख ने सहनशीलता अपने आप दे विच रखनी है, उत्थे ही गुरु दे सिख नू गुरु साहिब ने कहा है कि उन्हें तगड़ा भी बनना है, बहादुर भी बनना है, ते सियाणा भी बनना है। सो अपनी सियाणप दे नाल
बोल के अगले नू अपनिया बाउंड्रीज दसो बहुत ही रिस्पेक्टफुल तरीके दे नाल। बाउंड्रीज बनाने का मतलब ये नहीं कि आप दूजे दी रिस्पेक्ट नहीं करनी, क्योंकि आप पहला गल की थी कि रिस्पेक्ट करनी है। बाउंड्रीज बनाने का मतलब ये नहीं कि आप अपने आप नू दूजे तो उच्चा समझना, क्योंकि आप वो भी गल की थी, राइट, कि हर इंसान बराबर है, बस हर एक दी अपनी बाउंड्रीज है। गुरु साहिब ने सानू शांत रहना तो सिखाया है कि धीरज होना चाहिए साढ़े विच, ते पर उन्होंने ये भी सिखाया कि जदों वो लिमिट्स कोई क्रॉस कर दे तो उन्होंने रोकना बहुत जरूरी है। हुण आप इतनी एग्जाम्पल्स लैने जी सिख इतिहास के विचों। जदों गुरु नानक देव जी ने बाबर ने जेल दे विच बंद किया तो उत्थे वो कैदी सी, तो वो कैदी बन के रहे, उन्हां दे विच धीरज सी, उन्होंने धीरज रखिया तो वह कैदी बन के उत्थे रहे। ते जे आप ये देखिए कि उते गुरु सी, वो तो आराम नाल बाहर आ सकते सी, बिल्कुल वो आ सकते सी, पर नहीं आए क्योंकि उत्थे उन्होंने ये पता सी कि उत्थे धीरज रखना जरूरी है। सो उन्होंने धीरज रखा, वो जेल दे विच रहे। पर नाल ही जे आप गल करने हाँ फिर गुरु अंगद देव जी दी, ते गुरु अंगद देव जी ने जिथे हुमायूं ने जदों उन्होंने तलवार चक्की, जब गुरु अंगद देव जी अपनी नाम जा बाणी जप रहे सी, भगती कर रहे थे, जदों हुमायूं ने तलवार चक्की ते गुरु साहब ने उन्हों रोकया, ते उन्हों क्या कि तेरी ये तलवार उदों कित्थे सी जदों तू शेरशाह सूरी नाल लड़ गया सी। सो थोड़ा जिहा बैकग्राउंड तुहानूं दसनी है। गुरु अंगद देव जी ने जिहड़े वो बैठ के भगती कर रहे ने, हुमायूं शेरशाह सूरी तो हार के जंग दे विच गुरु अंगद देव जी को लांदा, उन्हों पता लगता है कि गुरु दूजे गुरु ने, वो आंदा है अपने घोड़े ते बैठा है, अकड़ के बैठा है कि मैं बादशाह हूँ, ते गुरु अंगद देव उठन ते मैनू प्रणाम करन। पर गुरु अंगद देव जी अपनी भगती दे विच लगे ने, उन्होंने कोई परवाह नहीं कि कोई खड़ा लग के कोई आया, ते हुमायूं नूं बड़ा गुस्सा चढ़दा है, वो अपनी कृपाण कढ लैंदा गुरु अंगद देव जी दे। गुरु अंगद देव जी हले भी भगती कर रहे ने, अखां बंद ने, ते कहंदे ने हुमायूं हुण तां बड़ी छेती अपनी तलवार कढ ली, उदों तेरी तलवार कित्थे सी जदों शेरशाह सूरी नाल तू लड़ रहा सी। इन्नी गल सुन के हुमायूं नूं महसूस होया कि मैं तां बहुत नीवां कादा बादशाह मैं, गुरु साहिब नूं तां सब पता है। सो गुरु साहिब ने अपनी सियाणप वरत के अपनी एक हद जिहड़ी सी जिहड़ी हुमायूं लंघण लगा सी उहनूं रोकिआ अपनी सियाणप वरत के। हुण आपां जे देखने आ फॉर एग्जाम्पल गुरु अर्जन देव जी दी, गुरु अर्जन देव जी साडे पहले शहीद सिख गुरु ने, उन्होंने बहुत तसीहे झले ते वह शहीद हो गए आराम दे नाल तत्ती तवी ते बैठ के। हुण गुरु सी सिंह उन्हां नूं कह भी रहे सी कि गुरु साहब तुसी हुक्म करो आपां हुणे तुहानूं इत्थों लै जन्ने आ, ते गुरु साहब आप भी जा सकदे सी, पर गुरु साहब ने कहा नहीं, ये मेरे गुरु दा हुक्म है, मैं अपने परमात्मा दे हुक्म दे विच आ, ते मैं उहदे हुक्म दे विच रहना। ते उह तत्ती तवी ते बैठ के उन्होंने शहीदी भी प्राप्त कर लिती। ते दूजे पासे जे आपां देखने आ गुरु हरगोबिंद साहिब जी, ते जदों गुरु अर्जन देव जी तत्ती तवी ते बैठ के शहीद हो जांदे ने, ते गुरु हरगोबिंद साहिब जी कहिंदे ने कि सिखो हुक्म है कि दो कृपाना पाणियां ने, मेरी दी ते पीरी दी। जिथे सिख ने गुरबाणी नु पढ़ना है, नाम बाणी जपनी है, उथे सिख ने अन्याय के खिलाफ लड़ना भी है, क्योंकि सिख जड़ा है वो योद्धा है। सो समय दे नाल जिहड़ी चीज की जरूरत है वो चीज करनी जरूरी है। आप एक होर एग्जाम्पल देखने हैं जी, वो सिंघणियां दी गल्लां करने हैं जिन्हां नूं आपां अरदास दे विच हर रोज याद करने हैं, ते कहने हैं कि जिन्हां सिंघां सिंघणियां ने धर्म हित सीस दित्ते, बंद बंद कटाए, खोपड़ियां लुहाइयां, गलां दे विच हार पुआए अपने बच्चियां दे, वो मातावां जिहड़ियां ने उन्होंने अपनी गलां दे विच अपने बच्चियां दे सिर तां पुआ लए, पर वो फिर भी इन्ने सबर दे विच रहियां, परमात्मा दे हुक्म नूं मन्नदे होए उन्होंने शहीदियां प्राप्त कर लईयां, पर उन्होंने सी तक नहीं कीती। ते दूजे पासे साडे कोल माता भागो जी भी ने, जिन्हां ने मुगलां दे खिलाफ डट के जंग दे मैदान दे विच लड़ाई भी कीती। सो प्यारियो अपनियां बाउंड्रीज जिहड़ियां ने वो जरूरी बनानियां ने। आपां किसे नूं ये चीज का फायदा नहीं उठान देना कि सिख जड़ा है, सिख जड़े ने बड़े दयालु होंगे ने, इन्हां च बड़ी सहनशीलता है, इन्हां ने अमृत छकिया है, ते इन्हां नूं गुरु ने बड़ाए बनाया सहनशील बनाया, ते इस करके इन्हां नूं जो मर्जी कही जाओ इन्हां ने की करना है। नहीं जी, जिथे दया धीरज ते सहनशीलता होनी चाहिए है, उत्थे नाल सिख ने बहादुर भी होना है, ते सियाणप भी वरतनी है, ताकि दूजे जड़ा तुहाडे फाय साडा फायदा ना लै सकन। सो याद रखियो कि आपां परफेक्ट रिलेशनशिप्स नहीं बना सकते,
ਆਪਾਂ ਮਜ਼ਬੂਤ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਤੇ ਆਪਾਂ ਕੋਸ਼ਿਸ਼ ਕਰਦੇ ਰਹਿਣਾ। ਸੋ ਹੁਣ ਲੈਟਸ ਸੇ ਕਿ ਆਪਾਂ ਜੋ ਵੀ ਗੱਲਾਂ ਹੁਣ ਤੱਕ ਸੈਸ਼ਨ ਦੇ ਵਿੱਚ ਕੀਤੀਆਂ ਨੇ, ਹਨਾ, ਕਿ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦੇ ਸੋਲੂਸ਼ਨਸ ਨੇ ਆਪਾਂ ਉਹ ਵੀ ਕਰ ਲਏ, ਆਪਾਂ ਜਿਹੜੀਆਂ ਚੀਜ਼ਾਂ ਪ੍ਰੈਕਟਿਸ ਕਰਨੀਆਂ ਨੇ, ਬਾਉਂਡਰੀਜ਼, ਰਿਸਪੈਕਟ, ਮਾਫ ਕਰਨਾ, ਉਹ ਵੀ ਕਰ ਰਹੇ ਹਾਂ, ਸਾਰਾ ਕੁਝ ਕਰ ਰਹੇ ਹਾਂ ਆਪਣੇ ਰਿਸ਼ਤਿਆਂ ਦੇ ਵਿੱਚ, ਸਾਰਾ ਕੁਝ ਸਹੀ ਹੋ ਰਿਹਾ, ਪਰ ਫਿਰ ਵੀ ਰਿਸ਼ਤਿਆਂ ਦੇ ਵਿੱਚ ਪ੍ਰੋਬਲਮਸ ਹੈਗੀਆਂ ਨੇ। ਪਰਫੈਕਟ ਨਹੀਂ ਨਾ ਹੈਗੇ, ਪ੍ਰੋਬਲਮਸ ਤਾਂ ਹੋਣਗੀਆਂ। ਹੁਣ ਉਹ ਪ੍ਰੋਬਲਮ ਨੂੰ ਕਿੱਦਾਂ ਸੋਲਵ ਕਰਨਾ? ਸੋ ਰਿਸ਼ਤਿਆਂ ਦੇ ਵਿੱਚ ਜਦੋਂ ਮੁਸੀਬਤਾਂ ਆਉਂਦੀਆਂ ਨੇ, ਉਹਨਾਂ ਦਾ ਹੱਲ ਜਿਹੜਾ ਆਪਾਂ ਆਮ ਤੌਰ ਤੇ, ਦੁਨਿਆਵੀ ਤੌਰ ਤੇ ਦੇਖੀਏ ਤਾਂ ਆਪਾਂ ਕਿੱਦਾਂ ਕਰ ਲਿਆ, ਆਪਾਂ ਆਪਣੇ ਯਾਰਾਂ ਦੋਸਤਾਂ ਕੋਲ ਜਾਂਦੇ ਹਾਂ, ਆਪਾਂ ਆਪਣੇ ਫੈਮਿਲੀ ਮੈਂਬਰਸ ਕੋਲ ਜਾਂਦੇ ਹਾਂ, ਤੇ ਆਪਾਂ ਗੱਲ ਕਰਨੇ ਆ ਕਿ ਯਾਰ ਇਹ ਰਿਸ਼ਤੇ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਤੇ ਆਪਾਂ ਇਹ ਪ੍ਰੋਬਲਮ ਨੂੰ ਕਿੱਦਾਂ ਸੋਲਵ ਕਰੀਏ। ਹੋ ਸਕਦਾ ਹੈ ਕਿ ਅਗਲਾ ਜਦੋਂ ਤੁਹਾਨੂੰ ਕੋਈ ਸਲਾਹ ਦਿੰਦਾ, ਕੋਈ ਗੱਲ ਕਰਦਾ ਤਾਂ ਤੁਹਾਨੂੰ ਬੈਟਰ ਫੀਲ ਹੁੰਦਾ ਨਾ, ਕਿਉਂਕਿ ਤੁਹਾਡਾ ਸਟ੍ਰੈਸ ਰਿਲੀਵ ਹੋ ਰਿਹਾ, ਹੁਣ ਤੁਸੀਂ ਗੱਲ ਕਰ ਰਹੇ ਹੋ ਤੇ ਉਹਦੇ ਨਾਲ ਗੱਲ ਕਰਨ ਨਾਲ ਤੁਹਾਡਾ ਮਨ ਦਾ ਭਾਰ ਜਿਹੜਾ ਉਹ ਘਟ ਗਿਆ। ਪਰ ਅਗਲੇ ਦਾ ਜਿਹੜਾ ਸੁਜੈਸ਼ਨਸ ਨੇ ਨਾ, ਉਹ ਬਾਇਸਡ ਹੋਣਗੇ, ਉਹ ਪੱਖਪਾਤੀ ਹੋਣਗੇ, ਕਿਉਂਕਿ ਉਹਨਾਂ ਦੀਆਂ ਓਪੀਨੀਅਨਸ ਬੇਸਡ ਹੋਣਗੀਆਂ ਇਸ ਚੀਜ਼ ਤੇ ਕਿ ਉਹਨਾਂ ਦਾ ਰਿਸ਼ਤਾ ਕਿੱਦਾਂ ਦਾ ਹੈ ਤੁਹਾਡੇ ਨਾਲ ਜਾਂ ਉਸ ਇਨਸਾਨ ਨਾਲ ਜਿਹਦੇ ਨਾਲ ਤੁਹਾਡੀ ਕੋਈ ਪ੍ਰੋਬਲਮ ਚੱਲ ਰਹੀ ਹੈ। ਸੋ ਐਗਜ਼ਾਮਪਲ ਲੈਂਦੇ ਹਾਂ ਪਤੀ ਪਤਨੀ ਦੀ, ਜੇ ਉਹਨਾਂ ਦੇ ਰਿਸ਼ਤੇ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਨਾ, ਤੇ ਜਿਹੜੇ ਮੁੰਡੇ ਦੇ ਯਾਰ ਦੋਸਤ ਨੇ ਉਹਨਾਂ ਨੇ ਮੁੰਡੇ ਦੀ ਸਾਈਡ ਲੈਣੀ ਹੈ, ਜਿਹੜੇ ਕੁੜੀ ਦੇ ਯਾਰ ਦੋਸਤ ਨੇ ਉਹਨਾਂ ਨੇ ਕੁੜੀ ਦੀ ਸਾਈਡ ਲੈਣੀ, ਕਿਉਂਕਿ ਉਹ ਜਾਣਦੇ ਉਸ ਇਨਸਾਨ ਨੂੰ, ਉਹ ਉਹਨਾਂ ਦਾ ਰਿਸ਼ਤਾ ਉਸ ਇਨਸਾਨ ਦੇ ਨਾਲ ਹੈ। ਪਰ ਉਹ ਸਲਾਹ ਜਿਹੜੀ ਹੈ ਉਹ ਹਰ ਵਾਰੀ ਸਹੀ ਨਹੀਂ ਹੋ ਸਕਦੀ। ਸੋ ਅਨਬਾਇਸਡ, ਬਿਨਾਂ ਪੱਖਪਾਤਾਂ ਦੀ ਸਲਾਹ ਜਿਹੜੀ ਹੈ ਉਹ ਸਿਰਫ ਅਤੇ ਸਿਰਫ ਗੁਰੂ ਸਾਹਿਬ ਦੇ ਸਕਦੇ ਨੇ। ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੋ। ਸੋ ਆਪਣੀ ਮੁਸੀਬਤ ਲੈ ਕੇ ਗੁਰੂ ਸਾਹਿਬ ਦੇ ਕੋਲ ਜਾਓ, ਅਰਦਾਸ ਕਰੋ, ਹੁਕਮਨਾਮਾ ਲਵੋ, ਉਹ ਹੁਕਮਨਾਮੇ ਦੇ ਵਿੱਚ ਤੁਹਾਡਾ ਸੋਲਿਊਸ਼ਨ ਹੈ, ਤੇ ਤੁਹਾਡੀ ਜ਼ਿੰਦਗੀ ਦੀ ਹਰ ਮੁਸੀਬਤ ਦਾ ਹੱਲ ਜਿਹੜਾ ਹੈ ਨਾ, ਉਹ ਉਸ ਹੁਕਮ ਤੋਂ ਮਿਲਦਾ ਹੈ, ਸੱਚ ਕਰਕੇ ਜਾਣਿਓ। ਹੁਣ ਜੀ ਆਪਾਂ ਰੈਪ ਅਪ ਕਰਨੇ ਆ, ਕੰਕਲੂਜਨ। ਸੋ ਆਖਰੀ ਗੱਲ ਜਿਹੜੀ ਬਹੁਤ ਜ਼ਰੂਰੀ ਹੈ, ਕਿ ਰਿਸ਼ਤਿਆਂ ਨੂੰ ਆਪਾਂ ਜੇ ਚੰਗੇ ਤੇ ਮਜ਼ਬੂਤ ਬਣਾਉਣਾ ਹੈ, ਤੇ ਇਹ ਵੀ ਬਹੁਤ ਜ਼ਰੂਰੀ ਹੈ ਜਾਣਨਾ ਕਿ ਆਪਾਂ ਟੌਕਸਿਕ ਰਿਸ਼ਤਿਆਂ ਦੇ ਵਿੱਚ ਨਹੀਂ ਰਹਿਣਾ ਹੈਗਾ। ਬਾਈ ਟੌਕਸਿਕ ਆਈ ਮੀਨ ਜਿੱਥੇ ਡੋਮੈਸਟਿਕ ਵਾਇਲੈਂਸ ਆ, ਜਿੱਥੇ ਅਡਲਟਰੀ ਆ, ਚੀਟਿੰਗ ਆ, ਉਹ ਰਿਸ਼ਤੇ ਜਿਹੜੇ ਨੇ ਟੌਕਸਿਕ ਹੋ ਸਕਦੇ ਨੇ, ਉਹਨਾਂ ਦੇ ਵਿੱਚ ਆਪਾਂ ਨਹੀਂ ਰਹਿਣਾ, ਤੇ ਉਹਨਾਂ ਵਾਸਤੇ ਆਪਾਂ ਡਟ ਕੇ ਉਹਦੇ ਬਾਰੇ ਉਹਦਾ ਹੱਲ ਕਰਨਾ ਹੈ, ਜਿੱਦਾਂ ਆਪਾਂ ਗੱਲ ਕੀਤੀ ਬਾਉਂਡਰੀਜ਼ ਦੇ ਨਾਲ, ਰਾਈਟ, ਕਿ ਜਿੱਥੇ ਆਪ ਸੋਰੀ ਬਾਉਂਡਰੀਜ਼ ਨਹੀਂ, ਆਪਾਂ ਗੱਲ ਕੀਤੀ ਸੀਗੀ ਕਿ ਜਿੱਥੇ ਸਿੱਖ ਨੇ ਚੁੱਪ ਹੋਣਾ ਉੱਥੇ ਚੁੱਪ ਹੋਣਾ, ਤੇ ਜਦੋਂ ਕੋਈ ਹੱਦ ਕ੍ਰੋਸ ਕਰ ਜਾਵੇ ਬਾਉਂਡਰੀਜ਼, ਯਾ, ਤੇ ਫਿਰ ਆਪਾਂ ਬੋਲਣਾ ਵੀ। ਸੋ ਉਹ ਚੀਜ਼ ਨੂੰ ਬਹੁਤ ਜ਼ਰੂਰੀ ਹੈ ਸਮਝਣਾ, ਕਿਉਂਕਿ ਆਪਾਂ ਜਿਹੜੀ ਦੁਨੀਆ ਦੇ ਵਿੱਚ ਰਹਿੰਦੇ ਹਾਂ ਨਾ, ਇਹ ਨੈਗੇਟਿਵਿਟੀ ਦੇ ਨਾਲ ਭਰੀ ਪਈ ਆ, ਤੇ ਆਪਾਂ ਫੋਕਸ ਆਪਣੇ ਆਪ ਤੇ ਰੱਖਣਾ, ਆਪਣੀ ਆਤਮਿਕ ਗਰੋਥ ਹੱਲ ਦੇਣਾ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਜੈਸੀ ਜਲ ਮਹਿ ਕਮਲ ਨਿਰਾਲਮ ਮੁਰਗਾਈ ਨਹਿਸਾਣੇ। ਸੋ ਆਪਾਂ ਚਿੱਕੜ ਦੇ ਵਿੱਚ ਰਹਿੰਦੇ ਹੋਏ ਕਮਲ ਫੁੱਲ ਦੀ ਵਾਂਗ ਖਿੜਨਾ ਹੈ, ਜੇ ਆਪਾਂ ਕਮਲ ਫੁੱਲ ਦੇ ਵਾਂਗ ਖਿੜਾਂਗੇ ਤੇ ਫੇਰ ਹੀ ਆਪਾਂ ਉਹ ਵਿਕਾਰਾਂ ਦੇ ਭਰੇ ਸਮੁੰਦਰ ਦੇ ਵਿੱਚ ਜਿਹਦੇ 'ਚ ਆਪਾਂ ਰਹਿ ਰਹੇ ਹਾਂ, ਆਪਾਂ ਉਹਦੇ ਵਿੱਚ ਖਿੜ ਸਕਦੇ ਹਾਂ, ਤੇ ਉਹ ਹੋਏਗਾ ਗੁਰਬਾਣੀ ਦੀ ਮਦਦ ਦੇ ਨਾਲ। ਸੋ ਮਤਲਬ ਹੈ ਆਪਣੇ ਆਪ ਨੂੰ ਬਦਲਣ ਨਾਲ ਆਪਾਂ ਦੂਜਿਆਂ ਦੀ ਐਕਸ਼ਨਸ ਤੇ ਰਿਐਕਟ ਕਿੱਦਾਂ ਕਰਨੇ ਆ ਉਹ ਸਿੱਖਣਾ ਜ਼ਰੂਰੀ ਹੈ, ਕਿਉਂਕਿ ਆਪਾਂ ਸਿਰਫ ਆਪਣੇ ਆਪ ਨੂੰ ਬਦਲ ਸਕਦੇ ਹਾਂ, ਆਪਾਂ ਦੂਜਿਆਂ ਨੂੰ ਨਹੀਂ ਬਦਲ ਸਕਦੇ। ਸੋ ਕਿਸੇ ਵੱਲ ਉਂਗਲ ਨਾ ਚੁੱਕੋ ਕਿ ਉਹ ਕੀ ਕਰ ਰਿਹਾ, ਉਹ ਕੀ ਕਰ ਰਿਹਾ, ਆਪਣੇ ਆਪ ਵੱਲ ਧਿਆਨ ਦਿਓ, ਆਪਣੇ ਆਪ ਨੂੰ ਬਦਲੋ, ਦੂਜਿਆਂ ਨੂੰ ਆਪਾਂ ਬਦਲ ਨਹੀਂ ਸਕਦੇ, ਸਿਰਫ ਆਪਾਂ ਆਪਣੇ ਆਪ ਨੂੰ ਬਦਲ ਸਕਦੇ ਹਾਂ। ਜਦੋਂ ਆਪਾਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰਤਾ ਨਾ, ਤੇ ਫਿਰ ਗੁਰੂ ਸਾਹਿਬ ਨੇ ਸਾਰੀਆਂ ਚੀਜ਼ਾਂ ਜਿਨ੍ਹਾਂ ਬਾਰੇ ਆਪਾਂ ਗੱਲ ਕੀਤੀ ਹੈ, ਉਹਨੇ ਬਖਸ਼ਿਸ਼ ਕਰਕੇ ਉਹ ਸਾਰੀਆਂ ਸਾਡੇ ਅੰਦਰ ਭਰ ਦੇਣੀਆਂ ਨੇ, ਤੇ ਫਿਰ ਸਾਡਾ ਜੀਵਨ ਜਿਹੜਾ ਉਹ ਸੁਖਾਂਦ ਹੋ ਜਾਏਗਾ। ਸੋ ਹੁਣ ਮੈਂ ਓਪਨ ਕਰਾਂਗੀ ਜੀ ਸਰਵੇ ਦਾ ਲਿੰਕ, ਜਿਹੜਾ ਮੈਂ ਚੈਟ ਦੇ ਵਿੱਚ ਪਾ ਦੇਣ ਲੱਗੀ ਹਾਂ, ਓਪਨ ਇਟ ਅਪ ਫੋਰ ਡਿਸਕਸ਼ਨ। ਜਿਹਦੇ ਵੀ ਕੋਈ ਕੁਐਸਚਨ ਹੈਗੇ ਨੇ, ਪਲੀਜ਼ ਫੀਲ ਫ੍ਰੀ, ਤੁਸੀਂ ਆਪਣੇ ਕੁਐਸਚਨਸ ਮੈਨੂੰ ਚੈਟ ਦੇ ਵਿੱਚ ਪਾ ਕੇ ਦੱਸ ਸਕਦੇ ਹੋ, ਜਾਂ ਤੁਸੀਂ ਬੋਲ ਕੇ ਮੈਨੂੰ ਦੱਸ ਸਕਦੇ ਹੋ, ਤੇ ਮੈਂ ਉਹ ਕੁਐਸਚਨਸ ਜਿਹੜੇ ਨੇ ਆਨਸਰਸ ਇੱਥੇ ਕਰਾਂਗੀ। ਇਹ ਆਈ ਵਿਲ ਗਿਵ ਐਵਰੀਵਨ ਅ ਕਪਲ ਆਫ ਮਿੰਟਸ ਤਾਂ ਕਿ ਤੁਸੀਂ ਚੈਟ ਦੇ ਵਿੱਚ ਆਪਣੇ ਕੁਐਸਚਨਸ ਪਾ ਸਕੋ, ਤੇ ਮੈਂ ਉਮੀਦ ਕਰਨੀ ਹੈ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਦੇ ਟਾਈਮ ਤੇ ਜਿਹੜੇ ਕੁਐਸਚਨ ਸੀਗੇ ਉਹਨਾਂ ਸਾਰਿਆਂ ਦੇ ਆਨਸਰ ਮਿਲ ਗਏ ਹੋਣਗੇ ਤੁਹਾਨੂੰ। ਜੇ ਨਹੀਂ ਤੇ ਫਿਰ ਅਗੇਨ ਤੁਸੀਂ ਪਲੀਜ਼ ਇੱਥੇ ਮੈਨੂੰ ਪੁੱਛ ਸਕਦੇ ਹੋ। ਜਸਟ ਫਾਰ ਐਵਰੀਵਨਸ ਰੈਫਰੈਂਸ ਮੈਂ ਕੁਐਸਚਨਸ ਪੜ੍ਹ ਦਿੰਦੀ ਹਾਂ ਜੀ। ਕੁਐਸਚਨ ਸੀਗੇ ਕਿ
ਕਿਸੇ ਨਾਲ ਜੇ ਕੋਈ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ ਤੇ ਦੂਜਾ ਬੰਦਾ ਸਾਡੀ ਗੱਲ ਨਹੀਂ ਸੁਣ ਰਿਹਾ ਤੇ ਆਪਾਂ ਕੀ ਕਰੀਏ। ਤੇ ਆਪਾਂ ਇਹਦੇ ਬਾਰੇ ਸੈਸ਼ਨ ਦੇ ਵਿੱਚ ਗੱਲ ਕੀਤੀ ਹੈ ਨਾ ਕਿ ਆਪਾਂ ਕਿਸੇ ਨੂੰ ਕੰਟਰੋਲ ਨਹੀਂ ਕਰ ਸਕਦੇ, ਆਪਾਂ ਫੋਰਸ ਨਹੀਂ ਕਰ ਸਕਦੇ, ਆਪਾਂ ਰਿਸਪੈਕਟਫੁਲੀ ਉਹਨਾਂ ਨਾਲ ਗੱਲ ਕਰ ਸਕਦੇ ਹਾਂ। ਜੇ ਅਗਲਾ ਨਹੀਂ ਸੁਣ ਰਿਹਾ ਗੱਲ ਤੇ ਫਿਰ ਤੁਸੀਂ ਆਪਣੇ ਆਪ ਦੇ ਵਿੱਚ ਰਹੋ ਕਿ ਮੈਂ ਕਿੱਦਾਂ ਰਹਿ ਸਕਣਾ ਵਾਂ ਤੇ ਮੈਂ ਕੀ ਕਰ ਸਕਣਾ ਵਾਂ ਇਸ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ। ਤੇ ਹਾਊ ਟੂ ਲਿਵ ਵਿਦ ਦ ਪਰਸਨ ਹੂ ਆਲਵੇਜ਼ ਇਨ ਟਰਮਾਇਲ। ਉਹ ਫਿਰ ਅਗਲਾ ਕੁਐਸਚਨ ਸੀਗਾ ਕਿ ਤੰਦ ਇਨਸਾਨ ਨਾਲ ਕਿੱਦਾਂ ਨਹੀਂ ਜਿਹੜਾ ਹਰ ਸਮੇਂ ਤੁਹਾਨੂੰ ਨੀਚਾ ਦਿਖਾਉਂਦਾ ਹੈ, ਤੁਹਾਡੀ ਤੁਹਾਨੂੰ ਰਿਸਪੈਕਟ ਨਹੀਂ ਕਰਦਾ ਤੇ ਹਰ ਸਮੇਂ ਕੋਸ਼ਿਸ਼ ਕਰਦਾ ਰਹਿੰਦਾ ਕਿ ਤੁਹਾਨੂੰ ਗਲਤ ਸਾਬਿਤ ਕਰਨਾ ਹੈ। ਸੋ ਇੱਥੇ ਆਪਾਂ ਗੱਲ ਕਰਾਂਗੇ ਬਾਉਂਡਰੀਜ਼ ਦੀ। ਤੁਸੀਂ ਇੱਕ ਲੈਵਲ, ਇੱਕ ਪੁਆਇੰਟ ਤੱਕ ਤੁਸੀਂ ਕੋਈ ਚੀਜ਼ ਐਕਸੈਪਟ ਕਰ ਸਕਦੇ ਹੋ ਨਾ ਕਿ ਜੇ ਕੋਈ ਤੁਹਾਨੂੰ ਡਿਸਰਿਸਪੈਕਟ ਕਰੀ ਜਾ ਰਿਹਾ, ਇੱਕ ਲੈਵਲ ਤੱਕ ਸਹਿਨਸ਼ੀਲਤਾ। ਪਰ ਜਦੋਂ ਹੱਦ ਕ੍ਰੋਸ ਹੋ ਜਾਵੇ ਫਿਰ ਰਿਸਪੈਕਟਫੁਲੀ ਆਪਣੀ ਸਿਆਣਪ ਨੂੰ ਯੂਜ਼ ਕਰਕੇ ਉਹ ਬਾਉਂਡਰੀਜ਼ ਕ੍ਰੀਏਟ ਕਰਨੀਆਂ ਬਹੁਤ ਜ਼ਰੂਰੀ ਨੇ। ਬੋਲ ਕੇ ਦੱਸਣਾ ਅਗਲੇ ਨੂੰ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਬਾਉਂਡਰੀਜ਼ ਕ੍ਰੋਸ ਕਰ ਰਹੇ ਹੋ ਤੇ ਉਸ ਚੀਜ਼ ਨੂੰ ਰੋਕਿਆ ਜਾ ਸਕਦਾ। ਈਗੋ ਕਿੱਦਾਂ ਇਸ ਚੀਜ਼ ਨੂੰ ਇਫੈਕਟ ਕਰਦੀ ਹੈ, ਆਪਾਂ ਇਸ ਬਾਰੇ ਕਾਫੀ ਡਿਟੇਲ ਦੇ ਵਿੱਚ ਗੱਲ ਕੀਤੀ ਪਹਿਲਾਂ ਕਿ ਈਗੋ, ਗਰੀਡ ਤੇ ਐਕਸਪੈਕਟੇਸ਼ਨਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਕੱਠੀਆਂ ਜਾਂਦੀਆਂ ਨੇ। ਸੋ ਈਗੋ ਜਿਹੜੀ ਹੈ ਉਹਨੂੰ ਸਿਰਫ ਨਾਮ ਦੇ ਬਾਣੀ ਦਾ ਜਿਹੜਾ ਉਹ ਹੈ ਪ੍ਰਭਾਵ ਹੈ, ਉਹੀ ਉਸ ਈਗੋ ਨੂੰ ਜਿਹੜਾ ਸ਼ਾਂਤ ਕਰ ਸਕਦਾ ਹੈ। ਫਿਰ ਸਿੱਖਾ ਕਿ ਕਿਸੇ ਦੀਆਂ ਅਨਵਾਂਟਿਡ ਅਨਕੰਸਟਰਕਟਿਵ ਕਮੈਂਟਸ ਨੂੰ ਆਪਾਂ ਇਗਨੋਰ ਕਿੱਦਾਂ ਕਰ ਸਕਨੇ ਆ, ਸੌਰੀ, ਆਪਾਂ ਕਿੱਦਾਂ ਉਹਨਾਂ ਨੂੰ ਕੰਟਰੋਲ ਕਰ ਸਕਨੇ ਆ। ਆਪਾਂ ਕੰਟਰੋਲ ਨਹੀਂ ਕਰ ਸਕਦੇ, ਆਪਾਂ ਇਗਨੋਰ ਕਰ ਸਕਨੇ ਆ। ਕਿੱਦਾਂ ਇਗਨੋਰ ਕਰਨਾ, ਤੁਸੀਂ ਆਪਣੀ ਸੁਰਤ ਦੇ ਵਿੱਚ ਸਿਮਰਨ ਸ਼ੁਰੂ ਕਰ ਦਿਓ। ਅਗਲਾ ਬੋਲ ਰਿਹਾ, ਬੋਲੀ ਜਾਣ ਦਿਓ, ਅਗਲੇ ਦੀ ਜ਼ੁਬਾਨ ਖਰਾਬ ਹੋ ਰਹੀ ਆ, ਅਗਲੇ ਦੇ ਕਰਮ ਮਾੜੇ ਚੱਲ ਰਹੇ ਨੇ। ਤੁਸੀਂ ਆਪਣੇ ਕਰਮਾਂ ਵੱਲ ਦੇਖੋ, ਤੁਸੀਂ ਆਪਣੇ ਕੰਮ ਵੱਲ ਦੇਖੋ, ਫਿਲਟਰ ਕਰੋ ਜੋ ਉਹ ਕਹਿ ਰਿਹਾ ਨਾ, ਫਿਲਟਰ ਕਰਨਾ ਸ਼ੁਰੂ ਕਰ ਦਿਓ, ਸਿਮਰਨ ਕਰਨਾ ਸ਼ੁਰੂ ਕਰ ਦਿਓ, ਸੁਰਤ ਦੇ ਵਿੱਚ ਕੋਈ ਸ਼ਬਦ ਫੜ ਦਿਓ, ਉਹਨੂੰ ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ। ਤੁਹਾਡਾ ਧਿਆਨ ਆਪਣੇ ਆਪ ਹੀ ਉਸ ਇਨਸਾਨ ਤੋਂ ਜਿਹੜਾ ਪਾਸੇ ਹੋ ਜਾਏਗਾ, ਕਿਉਂਕਿ ਆਪਾਂ ਉਹਨੂੰ ਰੋਕ ਨਹੀਂ ਸਕਦੇ ਨਾ, ਉਹਨੇ ਜੋ ਬੋਲਣਾ ਹੈ ਅਗਲੇ ਨੇ ਭੁੱਲ ਨਹੀਂ ਜਾਣਾ। ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿ ਮੈਂ ਕੀ ਕਰਾਂ। ਤੇ ਹਾਊ ਟੂ ਬੀ ਮੋਰ ਆਪਟੀਮਿਸਟਿਕ, ਗ੍ਰੇਟ ਕੁਐਸਚਨ। ਆਪਟੀਮਿਸਟਿਕ ਹੋਣ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਉਸ ਦੇ ਹੁਕਮ ਦੇ ਵਿੱਚ ਰਹੋ, ਪਰਮਾਤਮਾ ਦੇ ਹੁਕਮ ਦੇ ਵਿੱਚ ਜਦੋਂ ਆਪਾਂ ਰਵਾਂਗੇ ਤੇ ਫਿਰ ਸਾਨੂੰ ਇਹ ਪਤਾ ਲੱਗ ਜਾਏਗਾ ਕਿ ਜੋ ਵੀ ਉਹ ਪਰਮਾਤਮਾ ਕਰ ਰਿਹਾ ਨਾ ਮੇਰੇ ਵਾਸਤੇ, ਉਹ ਬਿਲਕੁਲ ਸਹੀ ਆ। ਜਿੱਦਾਂ ਦਾ ਵੀ ਉਹ ਕਰ ਰਿਹਾ, ਉਹ ਸਤ ਕਰਕੇ ਉਹਨੂੰ ਪ੍ਰਵਾਨ ਕਰੋ, ਉਸ ਦੇ ਹੁਕਮ ਦੇ ਵਿੱਚ ਚੱਲੀ ਜਾਓ। ਤੂੰ ਨੁਕਤਾ ਚੀਨੀ ਬੰਦ ਕਰਤੀ ਤੇ ਫਿਰ ਉਹਦੇ, ਕਿਉਂਕਿ ਉਹਦੇ ਹੁਕਮ ਦੇ ਵਿੱਚ ਰਹਿਣ ਲੱਗ ਪਏ, ਫਿਰ ਆਪੇ ਆਪਟੀਮਿਸਟਿਕ ਹੋ ਜਾਵਾਂਗੇ, ਕਿਉਂਕਿ ਪਤਾ ਹੈ ਕਿ ਜੋ ਵੀ ਹੋ ਰਿਹਾ ਉਹਦੇ ਹੁਕਮ 'ਚ ਹੋ ਰਿਹਾ, ਜੋ ਵੀ ਉਹਨੇ ਮੇਰੇ ਵਾਸਤੇ ਕਰਨਾ ਉਹ ਵਧੀਆ ਹੀ ਕਰਨਾ। ਤੇ ਫਿਰ ਸਵਾਲ ਕੋਈ ਰਿਹਾ ਹੀ ਨਹੀਂ, ਕੋਈ ਨੈਗੇਟਿਵਿਟੀ ਨਹੀਂ ਰਹੀ, ਕੋਈ ਟੈਨਸ਼ਨ ਨਹੀਂ ਰਹੀ, ਕਿਉਂਕਿ ਹੁਣ ਉਹਦੇ ਹੁਕਮ ਦੇ ਵਿੱਚ ਹੋ ਗਏ। ਹਾਊ ਸਿੱਖ ਮਦਰਸ ਸ਼ੁੱਡ ਬੀ ਡਿਊਰਿੰਗ ਪ੍ਰੈਗਨੈਂਸੀ ਐਂਡ ਆਫਟਰ ਦੈਟ। ਇਹਦੇ ਤੇ ਜਿਵੇਂ ਵੀਡੀਓਜ਼ ਪਾਈ ਸੀਗੀ, ਇਹਨੂੰ ਆਪਾਂ ਡਿਸਕਸ਼ਨ ਦੇ ਵਿੱਚ, ਆਪਾਂ ਇਸ ਸੈਸ਼ਨ ਦੇ ਵਿੱਚ ਕਵਰ ਨਹੀਂ ਕੀਤਾ ਇਹ ਕੁਐਸਚਨ। ਇਹਦੇ ਤੇ ਮੈਂ ਵੀਡੀਓਜ਼ ਪਾਈਆਂ ਹੋਈਆਂ ਨੇ, ਤੁਸੀਂ ਇੰਸਟਾਗ੍ਰਾਮ ਕਿਸੇ ਵੀ ਸੋਸ਼ਲ ਮੀਡੀਆ ਚੈਨਲ ਤੇ ਜਾ ਕੇ ਵੀ ਦੇਖ ਸਕਦੇ ਹੋ। ਪਰ ਬੇਸਿਕਲੀ ਜੇ ਆਪਾਂ ਗੱਲ ਕਰੀਏ, ਜਿਹੜੀ ਮਾਂ ਹੈ ਨਾ, ਉਹ ਆਪਣੇ ਗਰਭ ਦੇ ਵਿੱਚ ਬੱਚੇ ਨੂੰ 9 ਮਹੀਨੇ ਵਾਸਤੇ ਰੱਖਦੀ ਹੈ। ਉਹ 9 ਮਹੀਨੇ ਬੱਚਾ ਜਿਹੜਾ ਉਹ ਸਿਰਫ ਉਸ ਮਾਂ ਦੇ ਨਾਲ ਅਟੈਚਡ ਹੈ। ਬਹੁਤ ਜ਼ਰੂਰੀ ਹੈ ਕਿ ਮਾਂ ਜਿਹੜੀ ਹੈ ਉਸ ਸਮੇਂ ਗੁਰਬਾਣੀ ਨਾਲ ਜੁੜੇ। ਗੁਰਬਾਣੀ ਨਾਲ ਜਦੋਂ ਜੁੜਾਂਗੇ, ਬੱਚਾ ਜਿਹੜਾ ਉਹ ਮਾਂ ਦੀਆਂ ਥੋਟਸ, ਮਾਂ ਦੀਆਂ ਫੀਲਿੰਗਸ, ਮਾਂ ਦੇ ਵਰਡਸ, ਮਾਂ ਜੋ ਸੁਣ ਰਹੀ ਹੈ, ਉਹ ਹਰ ਇੱਕ ਚੀਜ਼ ਬੱਚਾ ਜਿਹੜਾ ਹੈ ਮਹਿਸੂਸ ਕਰ ਰਿਹਾ, ਸੁਣ ਰਿਹਾ, ਤੇ ਉਹ ਉਸੇ ਤਰ੍ਹਾਂ ਜ਼ਿੰਦਗੀ ਜਿਹੜੀ ਉਹ ਜੀ ਰਿਹਾ। ਜਦੋਂ ਮਾਂ ਗੁਰਬਾਣੀ ਪੜ੍ਹੇਗੀ, ਗੁਰਬਾਣੀ ਨਾਲ ਜੁੜੇਗੀ, ਆਮ ਸੌਰੀ, ਡ੍ਰਿੰਕ ਆਫ ਵਾਟਰ, ਜਦੋਂ ਮਾਂ ਗੁਰਬਾਣੀ ਨਾਲ ਜੁੜੇਗੀ ਫਿਰ ਬੱਚਾ ਵੀ ਗੁਰਬਾਣੀ ਨਾਲ ਜੁੜੇਗਾ। ਸਿੱਖ ਇਤਿਹਾਸ ਪੜ੍ਹੋ, ਸਾਖੀਆਂ ਪੜ੍ਹੋ, ਆਪ ਪੜ੍ਹੋ, ਆਪਣੇ ਆਪ ਨੂੰ ਵੀ ਜਾਣਕਾਰੀ ਹੋਏਗੀ ਤੇ ਬੱਚੇ ਕੋਲ ਵੀ ਉਹੀ ਚੀਜ਼ਾਂ ਜਾਣਗੀਆਂ। ਜਦੋਂ ਬੱਚਾ ਪੈਦਾ ਹੋ ਗਿਆ, ਇਹ ਬੱਚੇ ਨੂੰ ਸਿਮਰਨ ਦੇ ਨਾਲ ਸੁਣਾਓ, ਪਰ ਲੱਲਾ ਬਾਈ ਸੁਣਾਉਂਦੇ ਹਾਂ, ਸਿਮਰਨ ਕਰੋ ਬੱਚੇ ਦੇ, ਜਿੰਨਾ ਲਾਗੇ ਹੋ ਸਕੇ ਬੱਚੇ ਦੇ ਲਾਗੇ ਸਿਮਰਨ ਕਰੋ, ਗੁਰਬਾਣੀ ਪੜ੍ਹੋ, ਪਾਠ ਕਰੋ ਬੱਚੇ ਦੇ ਲਾਗੇ। ਜਦੋਂ ਸੌਂਦਾ ਹੈ ਤਾਂ ਬੱਚੇ ਨੂੰ ਸਾਖੀਆਂ ਸੁਣਾ ਕੇ ਸੁਵਾਓ, ਤਾਂ ਕਿ ਬੱਚੇ ਦਾ ਜਦੋਂ ਸੌਂ ਰਿਹਾ ਹੈ ਉਹ ਜਦੋਂ ਗੁਰਬਾਣੀ ਨੂੰ ਸੁਣ ਕੇ, ਸਿੱਖ ਇਤਿਹਾਸ ਨੂੰ ਸੁਣ ਕੇ ਸੋਏਗਾ, ਤੇ ਉਹ ਰਾਤ ਨੂੰ ਵੀ ਬੜੀ ਪੀਸਫੁਲ ਨੀਂਦ ਸੋਏਗਾ। ਅਗਲੇ ਦਿਨ ਫਿਰ ਸਵੇਰੇ ਜਦੋਂ ਉੱਠਦਾ, ਫਿਰ ਗੁਰਬਾਣੀ ਨਾਲ ਫਤਿਹ ਬੁਲਾ ਕੇ ਬੱਚੇ ਦਾ ਦਿਨ ਸ਼ੁਰੂ ਕਰੋ, ਬੱਚੇ ਦਾ ਦਿਨ ਫਤਿਹ ਬੁਲਾ ਕੇ ਖਤਮ ਕਰੋ, ਜਿੰਨਾ ਹੋ ਸਕੇ ਉਹਨੂੰ ਗੁਰਬਾਣੀ ਨਾਲ ਜੋੜੋ। ਕਪਲ ਗੋਲਸ, ਕਪਲ ਗੋਲਸ ਜੀ, ਆਈ ਥਿੰਕ ਇਹਦੇ ਤੇ ਪੂਰਾ ਇੱਕ ਸੈਸ਼ਨ ਹੋ ਸਕਦਾ ਵੱਖਰੇ।
पर इन टर्म्स ऑफ के रिश्ते अपल से विच प्रॉब्लम्स पता कदों होंगी हैं, जदों आप एक्सपेक्टेशन रखने हैं, आप एक्सपेक्ट करने हैं कि जे मैं वर्किंग वुमेन हाँ ते मेरा हस्बैंड जेड़ा वो भी घर दे विच सारा कुछ करे, जे मैं घर दे विच आ कर रही हाँ ते मेरा हस्बैंड जेड़ा वो या अप्रीशिएट करे मैनू ते या फिर वो भी मेरे नाल हेल्प करे। एक्सपेक्टेशन की अपन गल की ना, एक्सपेक्टेशन माड़ी है, अपने फर्ज समझ के जिन्ना कर सकते हो कर लो, अगले नु तुसी बदल नहीं सकते कि उन्हें की करना है या की नहीं करना, जो वो कर रहे हैं इट्स अप टू हिम, तुसी कितना कुछ उन्हें चेंज कर लोगे राइट। तुसी सिर्फ अपने आप नु बदल सकते हो, अपनी उम्मीदा बंद कर दो, अपने फर्ज समझ के सारा कुछ करी जाओ। ते बर्न आउट, ऑफ्टन आई गेट दैट क्वेश्चन, मैं देख भी रही हूँ बर्न आउट हो जाता है कि मैं बस मैं ही सारा कुछ कर रही हूँ दूजा नहीं कर रहा, फिर की करोगे कि तुसी अगर फोर्स करोगे करने वास्ते नहीं कर सकते, आप किसी नु बदल ही नहीं सकते, सिर्फ गुरु साहब कृपा करके किसी नु बदल सकते नहीं, आपा तो अपने आप नु भी नहीं बदल सकते, साढ़े ते भी जो गुरु की कृपा होएगी तो आप बदल सकते हैं, तो आप कृपा गुरु साहब तो कितना लेनी है, गुरबाणी नाल जुड़ के, गुरबाणी नु पढ़ के, गुरबाणी नु समझ के, जो तो गुरबाणी की समझ आने लगती तो फिर ये भी पता लगन लग जाएगा कि गुरु साहब कह की रहे हैं, फिर आप जो अपने जीवन के ढालना शुरू कर दिता ना, तो फिर रिश्तिया की जीवन जीन की का जो परस्पेक्टिव है वो टोटली चेंज हो जाता, क्योंकि सेध गुरु तो ले रहे हैं, जिंदगी गुरु के हिसाब न जी रहे हैं, ते गुरु साहब जो गुरबाणी जी है कभी गलत सलाह दें ही नहीं, तो उत्थे रिश्तिया ने प्रॉब्लम्स खत्म हो जाएंगी। फिर गल आती है कपल गोल्स के आप गल करिए प्रॉब्लम की है ना, जो हम प्रॉब्लम आ रही है ना तो लाइक यू रीच्ड अ लेवल के हम बाउंड्रीज क्रॉस होने लग गई ना, तो अगे की करना, हुक्म ना मारो, गुरु साहब तो पुछो की करिए, गुरु साहब तुहाडे हजूरी दे विच जाके आनंद कारज होए सी, साडे दोवां दा विआह तुहाडे नाल होया, हुण सिचुएशन ए है ते आपां की करिए, हुक्मनामा गुरु साहब तो लो, गुरु साहब तो पुछो की करिए, किसे तो ना पुछो, लोकां ने तो अपने दिमाग के नाल अपनी मत दे अनुसार तुहानूं सलाह देनी है, तुसी सलाह गुरु साहब दे लो, गुरु साहब कदी गलत सलाह नहीं देंगे, कदी पक्षपाती सलाह नहीं देंगे। हाउ टू कोप विद स्ट्रेस एंड मैनेज जॉब प्रोफाइल एंड ज्वाइंट फैमिली एक्टिविटीज। जॉब नू आई थिंक यही गल आ जाती है, हुण जिहड़ी मैं गल कर रही सी ना वर्किंग वूमेन की, ते काम करना साडी किरत है, वो आपां करना है, ते नाम जपना भी हुक्म है, नाम भी जपना है, वंड के भी छकना है। जॉब ते जो हो रहा है ना, मैं तुहानू अपना थंब रूल दसनी हाँ कि जदों काम ते जो हो रहा है उहनू काम तक रहन दो, घर दे विच जो हो रहा है उन्हें घर तक रहन दो। अक्सर प्रॉब्लम कदों होंगी है, मेरे नाल भी होंगी है, इसके घर की प्रॉब्लम जी है जो काम ते जान लग पे ते काम की परफॉर्मेंस खराब होंगी है, काम का स्ट्रेस जो घर ले आइए घर के रिश्ते खराब होने लग पे, सो घर तो बाहर निकले ते घर दियां प्रॉब्लम्स उत्थे छड़ दो, काम ते पहुंचे ते काम तो जो निकले ते काम दियां प्रॉब्लम्स उत्थे छड़ दो, क्योंकि प्रॉब्लम्स खत्म नहीं होनी, इट्स इम्पॉसिबल राइट, प्रॉब्लम्स तो रहनी नहीं ने, बस मैनेज किदां करना उन्हां नाल डील किदां करना है ये जरूरी हुंदा। जॉइंट फैमिली दे विच रह रहे हो हर आई थिंक प्रॉब्लम्स आई गेस कह सकते हैं कि जे वर्किंग है जिदा तुसी कह रहे हो कि जे वर्किंग है तो जॉइंट फैमिली दे विच रह रहे हो तो हो सकता प्रॉब्लम्स उत्थे वध होण, क्योंकि इन्ने सारे इंसान ने हुण हर एक दी एक्सपेक्टेशंस ने है ना, आपां गल कीती कि प्रॉब्लम दी सारे तो हर रिश्ते विच सारे तुहाडी प्रॉब्लम ही एक्सपेक्टेशन है, जिन्ने ज्यादा जी होणगे घर दे विच उन्नीआं ज्यादा एक्सपेक्टेशंस ने उन्हां दीआं तुहाडे तों ते तुहाडीआं उन्हां तों राइट। सो मेरीआं एक्सपेक्टेशन हर एक मैंबर तों कि मैं जे काम करनी है तो ए करे, ए करे, ए करे, ते उन्हां दीआं एक्सपेक्टेशन मेरे तों कि लै जे काम करदी है तो फिर की हो गया उहनूं ए करना चाहिए, ए करना चाहिए, ए करना चाहिए। हुण मैं किसे नूं नहीं आपां कह सकदे ना कि तुसी उम्मीद करानी बंद कर दो, क्योंकि आप किसी थोड़ा बदल सकते हैं, अपन तो अपने आप दे रह सकते हैं, कि मैं उन्हें तो उम्मीद लानी बंद कर दूँ कि वो मेरे वास्ते ये करेंगे, मैं अपने फर्ज देखा जेडे मेरे फर्ज ने वो मैं पूरे करा जिन्हें मैं कर सकनी हाँ, जो मैं कर सकनी हाँ जिस हद तक मैं कर सकनी हूँ मैं करी जावा, बाकी गुरु साहब ते भरोसा रखो। जो तुसी सब तो वड्डी गल की होंगी है जी, जदों आपां रिश्तियां दे विच रहने हाँ ते जदों आप अपने फर्ज समझ के जिन्ना कुछ हो सकता है ना जो भी हो सकता आप कर रहे हैं, ते जदों भरोसा गुरु साहब ते हो गया ना, गुरु साहब ने थापड़ी दे के सिर ते हाथ धर के उन्होंने अगे तुरी जाना, क्योंकि गुरु साहब नूं पता है कि साडा
ਸਾਡੀ ਪੇਸ਼ੈਂਸ, ਸਾਡੀ ਟੋਲਰੈਂਸ ਕਿੰਨੀ ਹੈ, ਉਹਨਾਂ ਨੇ ਉਹਨੂੰ ਵਧਾ ਵੀ ਦੇਣੀ ਹੈ ਤੇ ਮੋਲਡ ਵੀ ਕਰ ਦੇਣੀ ਹੈ ਹਰ ਸਿਚੁਏਸ਼ਨ ਦੇ ਅਕੋਰਡਿੰਗ, ਕਿਉਂਕਿ ਆਪਾਂ ਓਟ ਜਿਹੜੀ ਹੈ ਉਹ ਗੁਰੂ ਦੀ ਲੈਣੀ ਹੈ, ਕਿਸੇ ਤੋਂ ਨਹੀਂ ਲੈਣੀ। ਜੁਆਇੰਟ ਫੈਮਿਲੀ ਦੇ ਵਿੱਚ ਭਾਵੇਂ 10 ਜਣੇ ਨੇ, ਭਾਵੇਂ 5 ਜਣੇ ਨੇ ਤੇ ਭਾਵੇਂ 4 ਜਣੇ, ਜਿੰਨੇ ਜਣੇ ਵੀ ਨੇ ਨਾ, ਉਹਨਾਂ ਤੋਂ ਉਮੀਦ ਲੈਣੀ ਬੰਦ ਕਰ ਦਿਓ। ਉਮੀਦ ਸਿਰਫ ਆਸ ਹਮੇਸ਼ਾ ਸਿਰਫ ਗੁਰੂ ਸਾਹਿਬ ਤੋਂ ਰੱਖੋ, ਆਪਣੇ ਫਰਜ਼ ਪੂਰੇ ਕਰੀ ਜਾਓ, ਆਸ ਗੁਰੂ ਸਾਹਿਬ ਤੋਂ। ਪਤਾ ਨਹੀਂ ਮੇਰਾ ਕੀ ਹੋਣਾ, ਪਤਾ ਨਹੀਂ ਮੇਰਾ ਫਿਊਚਰ ਕੀ ਹੈ, ਪਤਾ ਨਹੀਂ ਮੇਰਾ ਪ੍ਰੈਜ਼ੈਂਟ ਕੀ ਹੈ। ਗੁਰੂ ਸਾਹਿਬ ਮੈਨੂੰ ਸਿਰਫ ਇੰਨਾ ਪਤਾ ਕਿ ਜਿੰਨਾ ਕੁ ਤੁਸੀਂ ਮੈਨੂੰ ਹੁਕਮ ਦਿੱਤਾ ਮੈਂ ਆਪਣਾ ਹੁਕਮ ਪਗਾ ਰਹੀ ਹਾਂ, ਬਾਕੀ ਸਾਰਾ ਕੁਝ ਤੁਹਾਡੇ ਤੇ, ਜੋ ਤੁਸੀਂ ਕਰੋਗੇ ਸਖਤ ਕਰਕੇ ਉਹ ਭਰਵਾਉਣਗੇ। ਹੋਰ ਕੋਈ ਕੁਐਸਚਨ? ਮੈਨੂੰ ਚੈਟ ਦੇ ਵਿੱਚ ਨਹੀਂ ਦਿਸ ਰਿਹਾ ਜੀ, ਜੇ ਕੋਈ ਕੁਐਸਚਨ ਮਿਸ ਹੋ ਗਿਆ ਤੇ ਪਲੀਜ਼ ਤੁਸੀਂ ਟਾਈਪ ਕਰਕੇ ਮੈਨੂੰ ਦੱਸ ਸਕਦੇ ਹੋ। ਤੇ ਆਈ ਥਿੰਕ ਮੈਂ ਉਨੇ ਸਾਰੇ ਕੁਐਸਚਨਸ ਪੜ੍ਹ ਲੈਣ ਜਿਹੜੇ ਰਜਿਸਟ੍ਰੇਸ਼ਨ ਦੇ ਟਾਈਮ ਤੇ ਆਏ ਸੀ, ਉਹਨਾਂ ਦੇ ਵਿੱਚ ਵੀ ਕੋਈ ਕੁਐਸਚਨ ਨਹੀਂ ਹੈਗਾ ਹੋਰ। ਆਈ ਥਿੰਕ ਵੀ ਆਰ ਐਕਚੁਅਲੀ ਰਾਈਟ ਔਨ ਟਾਈਮ। ਜੇ ਕਿਸੇ ਦਾ ਕੋਈ ਕੁਐਸਚਨ ਨਹੀਂ ਹੈਗਾ, ਆਪਾਂ ਐਂਡ ਕਰ ਦਿੰਦੇ ਹਾਂ। ਸਰਵੇ ਦਾ ਲਿੰਕ ਮੈਂ ਚੈਟ ਦੇ ਵਿੱਚ ਪਾਇਆ ਹੋਇਆ, ਸੋ ਪਲੀਜ਼ ਤੁਸੀਂ ਉਹ ਜ਼ਰੂਰ ਕੰਪਲੀਟ ਕਰ ਦਿਓ ਜੀ। ਇੱਕ ਮਿੰਟ ਹੋਰ ਵੇਟ ਕਰਨੀ ਹੈ, ਜੇ ਕਿਸੇ ਦਾ ਕੋਈ ਕੁਐਸਚਨ ਹੈਗਾ ਤਾਂ। ਥੈਂਕ ਯੂ ਜੀ, ਮੈਨੂੰ ਲੱਗਦਾ ਨਹੀਂ ਕਿ ਕਿਸੇ ਦਾ ਕੋਈ ਹੋਰ ਕੁਐਸਚਨ ਹੈਗਾ, ਸੋ ਅੱਜ ਆਪਾਂ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਜੇ ਕਿਸੇ ਦਾ ਕੋਈ ਕੁਐਸਚਨ ਰਹਿ ਗਿਆ ਹੋਵੇ ਜਾਂ ਬਾਅਦ ਵਿੱਚ ਕੋਈ ਕੁਐਸਚਨ ਯਾਦ ਆਵੇ ਤਾਂ ਐਜ਼ ਯੂਜੁਅਲ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਡੀਐਮ ਕਰ ਸਕਦੇ ਹੋ ਆਪਣੇ ਪੂਰੇ ਕੁਐਸਚਨ ਦੇ ਨਾਲ ਪਲੀਜ਼। ਜਸਟ ਹਾਈ ਹੈਲੋ ਨਹੀਂ, ਬਿਕੋਜ਼ ਉਹ ਆਈ ਫਿਲਟਰ ਦੈਮ ਆਊਟ। ਸੋ ਆਪਣਾ ਕੁਐਸਚਨ ਤੁਸੀਂ ਉੱਥੇ ਪੋਸਟ ਕਰ ਸਕਦੇ ਹੋ। ਥੈਂਕ ਯੂ ਐਵਰੀਵਨ ਜਿਨ੍ਹਾਂ ਨੇ ਅਟੈਂਡ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।